ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਇਸ ਮੰਚ 'ਤੇ। ਔਰ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਇੱਕ ਵੀਜ਼ਾ ਐਕਸਪਰਟ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਕੋਸ਼ਿਸ਼ ਕਰਦੇ ਹਾਂ ਹਰ ਵਾਰ ਕੁਝ ਨਵੇਂ ਮੁੱਦਿਆਂ ਨੂੰ ਛੂਹੀਏ, ਨਵੇਂ ਚੀਜ਼ਾਂ ਤੁਹਾਡੇ ਸਾਹਮਣੇ ਰੱਖੀਏ। ਅੱਜ I2 ਇਮੀਗ੍ਰੇਸ਼ਨ ਤੋਂ ਵੀਜ਼ਾ ਐਕਸਪਰਟ ਮੈਡਮ ਜੋਤੀ ਕਪੂਰੀ ਸਰ ਨਾਲ ਹਾਜ਼ਰ ਨੇ ਗੱਲਬਾਤ ਕਰਨ ਲਈ। ਖਾਸ ਤੌਰ 'ਤੇ ਅੱਜ ਗੱਲ ਕਰਾਂਗੇ ਉਹਨਾਂ ਲੋਕਾਂ ਬਾਰੇ, ਉਹਨਾਂ ਐਪਲੀਕੈਂਟਸ ਦੇ ਬਾਰੇ, ਉਹਨਾਂ ਐਪਲੀਕੈਂਟਸ ਬਾਰੇ ਜਿਹੜੇ ਕਨੇਡਾ ਜਾਣਾ ਚਾਹੁੰਦੇ ਸੀ ਵਿਜ਼ਟਰ ਵੀਜ਼ਾ 'ਤੇ, ਘੁੰਮਣ ਫਿਰਨ ਦੇ ਵੀਜ਼ੇ 'ਤੇ ਜਾਣਾ ਚਾਹੁੰਦੇ ਸੀ, 10 ਸਾਲਾਂ ਮਲਟੀਪਲ ਵੀਜ਼ੇ 'ਤੇ ਜਾਣਾ ਚਾਹੁੰਦੇ ਸੀ, ਪਰ ਰਾਹਦਾਰੀਆਂ ਜਿਹੜੀਆਂ ਨੇ ਉਹ ਨਹੀਂ ਆ ਰਹੀਆਂ ਸੀ, ਰਾਹਦਾਰੀ ਕਰਕੇ ਉਹ ਕਿਤੇ ਨਾ ਕਿਤੇ ਵਾਂਝੇ ਰਹਿ ਗਏ ਸੀ। ਇੱਕ ਨਵੇਕਲੀ ਸ਼ੁਰੂਆਤ ਕੀਤੀ ਸੀ I2 ਇਮੀਗ੍ਰੇਸ਼ਨ ਵੱਲੋਂ, ਪੰਜਾਬ ਦੇ ਵਿੱਚ ਪਹਿਲੀ ਕੰਪਨੀ ਸੀ ਜਿਨ੍ਹਾਂ ਨੇ ਰਾਹਦਾਰੀ ਮੰਗਵਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਕੋਈ ਰਿਸ਼ਤੇਦਾਰ ਕਨੇਡਾ ਨਹੀਂ ਦਿੰਦੇ, ਔਰ ਉਸ ਚੀਜ਼ ਨੂੰ ਸਕਸੈਸਫੁਲੀ ਅਚੀਵ ਵੀ ਕੀਤਾ, ਉਸ ਦੇ ਵਿੱਚ ਸਫਲਤਾ ਵੀ ਹਾਸਲ ਕੀਤੀ। ਅੱਜ ਪੰਜਾਬ ਦਾ ਕੋਈ ਵੀ ਐਪਲੀਕੈਂਟ ਜਿਹੜਾ ਕਨੇਡਾ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਹੈ, ਉਹਦਾ ਕੋਈ ਰਿਸ਼ਤੇਦਾਰ ਕਨੇਡਾ ਨਹੀਂ ਰਹਿੰਦਾ, ਤਾਂ ਉਹਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਉਹਦੀ ਇਨਵੀਟੇਸ਼ਨ ਜਿਹੜੀ ਆ ਉਹ I2 ਇਮੀਗ੍ਰੇਸ਼ਨ ਵੱਲੋਂ ਮੰਗਵਾ ਕੇ ਦਿੱਤੀ ਜਾਵੇਗੀ। ਸੋ ਅੱਜ ਖਾਸ ਤੌਰ 'ਤੇ ਇਹਨਾਂ ਚੀਜ਼ਾਂ ਬਾਰੇ ਹੀ ਗੱਲਬਾਤ ਕਰਾਂਗੇ ਮੈਡਮ ਜੋਤੀ ਕਪੂਰ ਜੀ ਦੇ ਨਾਲ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਮੈਡਮ ਜੋਤੀ ਕਪੂਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਜੀ। ਔਰ ਇਹ ਵਧਾਈ ਦੇ ਪਾਤਰ ਨੇ I2 ਇਮੀਗ੍ਰੇਸ਼ਨ ਵਾਲੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਇਨਵੀਟੇਸ਼ਨ ਮੰਗਵਾਉਣ ਦੀ। ਬਹੁਤ ਸਾਰੇ ਵੀਜ਼ਾਜ਼ ਲੱਗੇ ਔਰ ਉਹਦਾ ਪਰੂਫ ਜਿਹੜਾ ਇਹਨਾਂ ਦੇ ਦਫ਼ਤਰਾਂ ਵਿੱਚ ਜਾ ਕੇ ਤੁਸੀਂ ਲੱਗੇ ਵੀਜ਼ੇ ਵੇਖ ਸਕਦੇ ਹੋ। ਘਰ ਬੈਠੇ ਵੇਖਣਾ ਚਾਹੁੰਦੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰ ਸਕਦੇ ਹੋ, ਲਾਈਕ ਕਰ ਸਕਦੇ ਹੋ, ਲੱਗੇ ਵੀਜ਼ੇ ਅਪਡੇਟ ਜਿਹੜੇ ਤੁਸੀਂ ਦੇਖ ਸਕਦੇ ਹੋ। ਸੋ ਇੱਕ ਮੰਦਭਾਗੀ ਜਿਹੜੀ ਗੱਲ ਉਹ ਵੀ ਇੱਥੇ ਸਾਹਮਣੇ ਆਉਂਦੀ ਹੈ ਕਿ ਇਹਨਾਂ ਦੇ ਫੇਸਬੁੱਕ ਪੇਜ ਨੂੰ ਫੋਲੋ ਕਰਕੇ ਬਹੁਤ ਸਾਰੇ ਲੋਕ ਜਿਹੜੇ ਨੇ ਆਪਣੀ ਦੁਕਾਨਦਾਰੀ ਚਲਾ ਰਹੇ ਨੇ, ਪਰ ਅਗਿਆਨਤਾ ਹੋਣ ਕਾਰਨ, ਜਾਣਕਾਰੀ ਦੀ ਘਾਟ ਹੋਣ ਕਾਰਨ ਉਸੇ ਰਸਤੇ ਤੁਰ ਕੇ ਵੀਜ਼ੇ ਵੀ ਰਿਫਿਊਜ਼ ਕਰਵਾ ਦਿੱਤੇ। ਸੋ ਇੱਥੇ ਸਵਾਲ ਚੁੱਕਦੇ ਆ, ਬਹੁਤ ਸਾਰੇ ਲੋਕ ਫੋਲੋ ਕਰ ਰਹੇ ਨੇ I2 ਇਮੀਗ੍ਰੇਸ਼ਨ ਨੂੰ, ਤੁਸੀਂ ਇਨਵੀਟੇਸ਼ਨ ਦੀ ਗੱਲ ਸ਼ੁਰੂ ਕੀਤੀ ਸੀ, ਤਾਂ ਅੱਜ ਬਹੁਤ ਸਾਰੀ ਕੰਪਨੀ ਇਨਵੀਟੇਸ਼ਨ ਮੰਗਵਾਉਣ ਲੱਗ ਪਈਆਂ, ਬਹੁਤ ਸਾਰੀਆਂ ਕੰਪਨੀਆਂ ਕਿਸਾਨ ਮੇਲੇ ਲਵਾਉਣ ਲੱਗ ਪਈ ਕੈਨੇਡਾ ਦੇ ਵਿੱਚ, ਉੱਥੇ ਇਨਵੀਟੇਸ਼ਨ ਮੰਗਵਾਓ, ਇਨਵੀਟੇਸ਼ਨ ਅਸੀਂ ਮੰਗਵਾ ਕੇ ਦੇਵਾਂਗੇ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਮਨੀਤ ਜੀ, ਜਦੋਂ ਵੀ ਮੈਂ ਪਹਿਲਾਂ ਵੀ ਇਹ ਚੀਜ਼ ਨੂੰ ਲੈ ਕੇ ਆਈ ਕਿ ਮਾਰਕੀਟ ਜਦੋਂ ਕੋਈ ਚੀਜ਼ ਆਉਂਦੀ ਹੈ ਉਹਦੀ ਡੁਪਲੀਕੇਸੀ ਪਹਿਲੇ ਆ ਜਾਂਦੀ ਹੈ। ਅਗਰ ਤੁਸੀਂ ਇਗਜ਼ਾਮ 'ਚ ਬੈਠੇ ਹੋ, ਕੋਈ ਨਕਲ ਮਾਰ ਕੇ ਪਾਸ ਹੋ ਜਾਓਗੇ ਜਾਂ ਕਿਸੇ ਨੂੰ ਕਾਪੀ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰੋਗੇ, ਇੰਨਾ ਕੁਛ ਨਹੀਂ ਹੋਣਾ। ਨੁਕਸਾਨ ਸਿਰਫ ਕਲਾਇੰਟ ਦਾ ਹੁੰਦਾ ਹੈ, ਕਿ ਕਲਾਇੰਟ ਦਾ ਕੀ ਹੋਣਾ, ਕਿਉਂਕਿ ਜਿਹੜਾ ਬੰਦਾ ਕਾਪੀ ਕਰ ਰਿਹਾ ਹੈ ਜਾਂ ਨਕਲ ਮਾਰ ਰਿਹਾ, ਉਹਨੂੰ ਨਹੀਂ ਪਤਾ ਕਿ ਟੈਕਨੀਕ ਕੀ ਹੈ, ਇਹਦਾ ਰਸਤਾ ਕੀ ਹੈ, ਕਿਵੇਂ ਵੀਜ਼ਾ ਹਾਸਲ ਕਰਨਾ ਹੈ, ਕਿਵੇਂ ਤੁਹਾਡੀ ਪ੍ਰੋਫਾਈਲ ਨੂੰ ਰੀਪ੍ਰਜੈਂਟ ਕਰਨਾ ਹੈ। ਕੈਨ ਉਹਦੇ ਅੱਜ ਕੋਈ ਵੀ ਕਹਿ ਦੇਗਾ ਕਿ ਮੈਂ ਇਹ ਚੀਜ਼ ਕਰ ਸਕਦਾ, ਮੈਂ ਇਹ ਚੀਜ਼ ਕਰ ਸਕਦਾ, ਪਰ ਸਬੂਤ ਕਿੱਥੇ ਆ, ਵੀਜ਼ਾਸ ਕਿੱਥੇ ਆ? ਤੁਹਾਨੂੰ ਵੀਜ਼ਾ ਚਾਹੀਦਾ ਲੇਕਿਨ ਪ੍ਰੋਫਾਈਲਸ 'ਤੇ ਵੀਜ਼ਾ ਹੈ ਨਹੀਂ ਆ, ਸਿਰਫ ਐਡ ਕਾਪੀ ਕਰਕੇ ਪੇਸਟ ਕਰਨ ਨਾਲ ਵੀਜ਼ਾ ਨਹੀਂ ਹਾਸਲ ਕੀਤੇ ਜਾ ਸਕਦੇ। ਬਾਕੀ ਕਲਾਇੰਟ ਵਿੱਚ ਅਵੇਅਰਨੈਸ ਚਾਹੀਦੀ, ਕਲਾਇੰਟ ਸਮਝਦਾਰ ਚਾਹੀਦਾ ਕਿ ਅਗਰ ਕਿਸੇ ਕੋਲ ਅਪਲਾਈ ਕਰ ਰਿਹਾ ਤਾਂ ਐਟਲੀਸਟ ਪਹਿਲੇ ਉਹਦੀ ਸਕਸੈਸ ਸਟੋਰੀ ਦੇਖਣ, ਉਹਦੀ ਬੈਕਗਰਾਉਂਡ ਦੇਖਣ, ਦੇਖਣ ਕਿ ਉਹਦਾ ਮਾਲਿਕ ਕੌਣ ਹੈ, ਕਿੰਨੇ ਦੇਰ ਤੋਂ ਕੰਮ ਕਰ ਰਹੇ ਨੇ, ਕਿੰਨੀ ਸਫਲਤਾ ਉਹਨਾਂ ਨੇ ਹਾਸਲ ਕੀਤੀ ਹੈ, ਕਿ ਰੀਅਲ ਵਿੱਚ ਉਹਨਾਂ ਦੇ ਟਾਈਅਪ ਹੈਗੇ ਆ ਜਾਂ ਫਿਰ ਕਾਪੀ ਪੇਸਟ ਹੀ ਹੈਗੀ। ਸੋ ਬਹੁਤ ਵਧੀਆ ਗੱਲ ਇੱਥੇ ਕਹੀ ਕਿ ਜੇਕਰ ਤੁਸੀਂ ਨਕਲ ਮਾਰ ਰਹੇ ਹੋ, ਨਕਲ ਮਾਰ ਕੇ ਪਾਸ ਜ਼ਰੂਰ ਹੋ ਸਕਦੇ ਹੋ, ਪਰ ਨਕਲ ਮਾਰ ਕੇ ਤੁਸੀਂ ਕਦੀ ਫਸਟ ਨਹੀਂ ਆ ਸਕਦੇ। ਫਸਟ ਉਹੀ ਆਊਗਾ ਜਿਹਨੇ ਪੜ੍ਹਾਈ ਕੀਤੀ ਹੋਊਗੀ, ਜਿਹਨੇ ਸਮਝਦਾਰੀ ਦੇ ਨਾਲ ਕੰਮ ਕੀਤਾ ਹੋਊਗਾ। ਸੋ ਇੱਕ ਵਾਰ ਜਿਹੜੇ ਐਪਲੀਕੈਂਟਸ ਨੇ ਜਿਹੜੇ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਸਤਰਕ ਹੋਣ ਦੀ ਲੋੜ ਹੈ, ਉਹ ਕਿਹਦੇ ਕੋਲ ਅਪਲਾਈ ਕਰ ਰਹੇ ਨੇ, ਉਹਦਾ ਬੈਕਗਰਾਊਂਡ ਕੀ ਹੈ, ਉਹਦੇ ਲੱਗੇ ਵੀਜ਼ੇ ਕਿੰਨੇ ਆ, ਉਹ ਕਿਸ ਲੈਵਲ ਤੱਕ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ। ਸੋ ਆਪਣਾ ਕੇਸ ਜਿੱਦੋਂ ਵੀ ਅਪਲਾਈ ਕਰਨਾ, ਇਹ ਬੜੇ ਸੰਜੀਦਾ ਜਿਹੜੇ ਮਸਲੇ ਹੁੰਦੇ ਨੇ ਵੀਜ਼ਾ ਅਪਲਾਈ ਕਰਨ ਦੇ। ਦੋ ਕੰਟਰੀਜ਼ ਦੇ ਅੰਬੈਸੀਜ਼ ਦਾ ਮੇਲ ਹੁੰਦਾ ਹੈ, ਉਹ ਇੱਕ ਨਿੱਕੀ ਨਿੱਕੀ ਚੀਜ਼ ਜਿਹੜੀ ਆ ਉਹ ਚੈੱਕ ਕਰਨੀ ਪੈਂਦੀ ਹੈ, ਤਾਂ ਹੀ ਤੁਹਾਨੂੰ ਵੀਜ਼ਾ ਮਿਲਦਾ। ਸੋ ਸ਼ੁਰੂਆਤ ਕਰਦੇ ਹਾਂ I2 ਇਮੀਗ੍ਰੇਸ਼ਨ ਦੇ ਸਕਸੈਸ ਸਟੋਰੀਜ਼ ਤੋਂ। ਬਹੁਤ ਸਾਰੇ ਵੀਜ਼ੇ ਲੱਗੇ ਵੇਖੇ ਇਹਨਾਂ ਦੇ ਫੇਸਬੁੱਕ ਪੇਜ 'ਤੇ ਫੋਲੋ ਕਰ ਰਹੇ ਨੇ, ਇਨਵੀਟੇਸ਼ਨ ਦੇ ਆਧਾਰ 'ਤੇ ਜਿਹੜਾ ਸਕਸੈਸ ਰੇਟ ਚੱਲ ਰਿਹਾ। ਸੋ ਉਹਦੀ ਗੱਲ ਕਰ ਲਈਏ ਤਾਂ ਮੈਡਮ, ਜਿਵੇਂ ਆਪਾਂ ਜਨਵਰੀ ਫਰਵਰੀ ਵਿੱਚ ਕਹਿ ਰਹੇ ਸੀ ਕਿ ਕੈਨੇਡਾ ਦੇ ਵਿੱਚ ਕਿਸਾਨ ਮੇਲੇ ਲਗਾਏ ਜਾ ਰਹੇ ਨੇ, ਹੋਰ ਵੀ ਬਹੁਤ ਸਾਰੇ ਈਵੈਂਟਸ ਜਿੱਥੇ ਤੁਸੀਂ ਐਪਲੀਕੇਸ਼ਨ ਜਿਹੜੀਆਂ ਉਹ ਪੁੱਟ ਅਪ ਕੀਤੀਆਂ ਸੀ ਅੰਬੈਸੀ ਦੇ ਵਿੱਚ, ਸੋ ਨਤੀਜੇ ਕਿਵੇਂ ਦੇ ਰਹੇ ਨੇ ਜਿਹੜੇ 10 ਸਾਲ ਮਲਟੀਪਲ ਵੀਜ਼ਾ? ਦੇਖੋ ਮਨੀਤ ਜੀ, ਇਨਵੀਟੇਸ਼ਨ ਨੂੰ ਅਸੀਂ ਹੁਣ 'ਚ ਕਿਉਂ ਲੈ ਕੇ ਆਏ? ਫਸਟ ਆਫ ਆਲ ਤਾਂ ਮੈਂ ਇਹਦੀ ਗੱਲ ਕਰਾਂਗੀ, ਅੱਜ ਪੰਜਾਬ ਦਾ ਹਰ ਵਰਗ, ਹਰ ਇਨਸਾਨ ਚਾਹੁੰਦਾ ਹੈ ਕਿ ਮੈਂ ਕੈਨੇਡਾ ਜਾਵਾਂ ਜਾਂ ਕਿਸੇ ਹੋਰ ਕੰਟਰੀ 'ਚ ਟਰੈਵਲ ਕਰਾਂ, ਪਰ ਉਹ ਕਿਤੇ ਨਾ ਕਿਤੇ ਉਹਨੂੰ ਪਤਾ ਹੀ ਨਹੀਂ ਸੀ ਅਪਲਾਈ ਕਿਵੇਂ ਕਰਾਂ। ਉਹਨੂੰ ਫਸਟ ਹੁੰਦਾ ਸੀ ਕਿ ਮੇਰਾ ਕੋਈ ਰਿਲੇਟਿਵ ਹੈ, ਮੈਨੂੰ ਉਹਦੀਆਂ ਮਿੰਨਤਾਂ ਕਰਨੀਆਂ ਪੈਣਗੀਆਂ, ਮੈਨੂੰ ਸਪੋਂਸਰ ਭੇਜ ਦੇਵੇ, ਪਰ ਬਾਹਰੋਂ ਬਹੁਤੇ ਰਿਲੇਟਿਵ ਇਹੋ ਜਿਹੇ ਸੀ, ਰਿਸ਼ਤੇਦਾਰ ਤੁਹਾਡੇ ਇਹੋ ਜਿਹੇ ਹੁੰਦੇ ਜਿਹੜੇ ਕਿ ਸਾਨੂੰ ਸਪੋਂਸਰਸ਼ਿਪ ਨਹੀਂ ਭੇਜ ਸਕਦੇ ਕਿਸੇ ਕਾਰਨ ਵਜ੍ਹਾ ਦੇ ਨਾਲ। ਉੱਥੇ ਉਹ ਕਲਾਇੰਟ ਮਾਰ ਖਾਂਦਾ ਸੀ ਕਿ ਮੈਂ ਹੁਣ ਕਿਵੇਂ ਕੈਨੇਡਾ ਜਾਵਾਂ, ਮੈਂ ਆਪਣਾ ਢੁਕਵਾਂ ਰੀਜ਼ਨ ਕਿਵੇਂ ਅੰਬੈਸੀ ਨੂੰ ਦੱਸਾਂ ਤਾਂ ਕਿ ਅੰਬੈਸੀ ਮੇਰੀ ਪ੍ਰੋਫਾਈਲ ਤੋਂ ਸੈਟਿਸਫਾਈਡ ਹੋ ਜਾਵੇ। ਉਹ ਕਿਉਂ ਹੈ? ਕਿਉਂਕਿ ਜਿਹੜਾ 80% 90% ਲੋਕ ਜਿਹੜੇ ਅਪਲਾਈ ਕਰ ਰਹੇ ਨੇ ਉਹ ਇਸ ਵਜ੍ਹਾ ਨਾਲ ਅਪਲਾਈ ਕਰ ਰਹੇ ਸੀ ਕਿ ਅਸੀਂ ਘੁੰਮਣ ਜਾਣਾ, ਲੇਕਿਨ ਉਹਦੀ ਪ੍ਰੋਫਾਈਲ ਕਿਤੇ ਨਾ ਕਿਤੇ ਜਸਟੀਫਾਈ ਨਹੀਂ ਕਰ ਪਾ ਰਹੀ ਸੀ ਕਿ ਉਹਨਾਂ ਨੇ ਘੁੰਮਣ ਜਾਣਾ ਹੈਗਾ ਆ, ਔਰ ਆਫੀਸਰ ਸੈਟਿਸਫਾਈਡ ਨਹੀਂ ਹੋ ਪਾ ਰਿਹਾ ਸੀ। ਸੋ ਇੰਡੀਆ ਟੂ
ਬਹੁਤ ਹੀ ਘੱਟ ਸੀਟਾਂ ਸੀ। ਅਗਰ ਅਸੀਂ 30 ਸੀਟਾਂ ਤੇ ਵੀਜ਼ਾ ਸਪਲਾਈ ਕਰਾਂਗੇ 80% ਸਾਨੂੰ ਉਹ ਚ ਰਿਜ਼ਲਟ ਮਿਲਦਾ ਹੈ। ਔਰ ਉਹਦਾ ਥੋੜਾ ਜਿਹੜਾ ਤੁਸੀਂ ਵੀਜ਼ਾ ਜਿਹੜੇ ਆਲਰੇਡੀ ਸਾਡੇ ਫੇਸਬੁੱਕ ਤੇ ਲੱਗੇ ਦੇਖ ਚੁੱਕੇ ਹੈਗੇ ਹੋ। ਸੋ ਅਗਰ ਮੈਂ ਇੱਥੇ ਗੱਲ ਕਰਾਂਗੀ ਕਿ ਬਿਜ਼ਨਸ ਵਿਜ਼ਟਰ ਵੀਜ਼ਾ ਜਿਹੜੀ ਸਕਸੈਸ ਰੇਟ ਹੈ ਉਹ 70-80% ਹੈ। ਵਿਜ਼ਟਰ ਵੀਜ਼ਾ ਜਿਹੜੀ ਸਕਸੈਸ ਰੇਟ ਹੈ, ਤੁਸੀਂ ਆਪਣੇ ਰਿਸ਼ਤੇਦਾਰਾਂ ਕੋਲ ਸਪੋਂਸਰਸ਼ਿਪ ਮੰਗਾਉਂਦੇ ਹੋ, ਉਹਦੀ ਵੀ ਸਕਸੈਸ ਰੇਟ ਜਿਹੜੀ ਹੈ 60-70% ਹੈ। ਔਰ ਜਿਹੜੀ ਹੋਟਲ ਬੁਕਿੰਗ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ, ਅਗਰ ਤੁਹਾਡੀ ਪ੍ਰੋਫਾਈਲ ਉਸ ਦਾਇਰੇ 'ਚ ਨਹੀਂ ਆਉਂਦੀ, ਫਿਰ ਜਿਹੜੀ ਤੁਹਾਡੀ ਸਕਸੈਸ ਰੇਟ ਹੈ ਉਹ 10-15% ਰਹਿ ਜਾਂਦੀ ਹੈ। ਹੁਣ ਡਿਪੈਂਡ ਕਰੇਗਾ ਤੁਹਾਡੇ 'ਤੇ, ਤੁਸੀਂ ਆਪਣੀ ਫਾਈਲ ਨੂੰ ਕਿਵੇਂ ਅਸੈਸ ਕਰਾਉਂਦੇ ਹੋ, ਕਿਵੇਂ ਦੇਖਦੇ ਹੋ ਕਿ ਤੁਹਾਡਾ ਕੋਈ ਰਿਲੇਟਿਵ ਤੁਹਾਨੂੰ ਸਪੋਂਸਰ ਭੇਜ ਰਿਹਾ। ਅਗਰ ਨਹੀਂ ਹੈ ਤੁਸੀਂ ਬਿਜ਼ਨਸ ਵਿਜ਼ਟਰ ਵੀਜ਼ਾ 'ਚ ਫਾਈਲ ਲਗਾਓ। ਟੂਰਿਜ਼ਮ ਵੀਜ਼ਾ 'ਚ ਫਾਈਲ ਕਦੋਂ ਲਗਾਓ? ਜਦੋਂ ਤੁਸੀਂ ਉਹਦੇ ਦਾਇਰੇ 'ਚ ਆਉਂਦੇ ਹੋ ਔਰ ਆਫਿਸਰ ਨੂੰ ਸੈਟਿਸਫਾਈਡ ਕਰਾ ਸਕੋ। ਜੀ, ਸੋ ਜਿਹੜੀ ਵਿਜ਼ਟਰ ਵੀਜ਼ਾ ਤੁਸੀਂ ਗੱਲ ਕਰ ਰਹੇ ਹੋ ਔਰ ਦੂਸਰੇ ਪਾਸੇ ਬਿਜ਼ਨਸ ਵਿਜ਼ਟਰ ਵੀਜ਼ਾ ਦੀ ਗੱਲ ਕਰ ਰਹੇ ਹੋ, ਜੀ ਜੀ, ਕੀ ਦੋਵਾਂ ਦੇ ਵਿੱਚ ਸਿਰਫ ਫਾਈਲਿੰਗ ਦਾ ਫਰਕ ਆ ਜਾਂ ਫਿਰ ਇਹਦੇ ਵਿੱਚ ਵੀਜ਼ਾ ਡਿਊਰੇਸ਼ਨ ਦਾ ਵੀ ਫਰਕ ਆ, ਕਾਗਜ਼ਾਤ ਦਾ ਵੀ ਫਰਕ ਪੈਂਦਾ? ਦੇਖੋ ਮਨੀ ਜੀ, ਜਿਹੜਾ 10-year ਮਲਟੀਪਲ ਵੀਜ਼ਾ ਆ ਜਾਂਦਾ ਹੈ, ਇਹ ਹੈ ਬੇਸਿਕਲੀ ਕੀ ਹੈ, ਪਹਿਲੇ ਇਹਨੂੰ ਦੇਖਣਾ ਜ਼ਰੂਰੀ ਹੁੰਦਾ। ਅੱਜ ਕਿਸੇ ਕਲਾਇੰਟ ਨੂੰ ਨਹੀਂ ਪਤਾ, ਉਹਨੂੰ ਸਿਰਫ ਇਹ ਪਤਾ ਮਲਟੀਪਲ ਵੀਜ਼ਾ ਲੈਣਾ, ਲੇਕਿਨ ਕਿਹੜੀ ਕੈਟਾਗਰੀ ਵਿੱਚ ਆਉਂਦਾ ਹੈ ਉਹਨੂੰ ਇਹ ਚੀਜ਼ ਨਹੀਂ ਪਤਾ। ਇਹ ਨੋਨ ਇਮੀਗ੍ਰੈਂਟ ਕੈਟਾਗਰੀ ਹੈ, TRV ਵੀਜ਼ਾ, ਟੈਂਪਰੇਰੀ ਰੈਜ਼ੀਡੈਂਸ ਵੀਜ਼ਾ। ਇਹਦੇ ਅੱਗੇ ਕੈਟਾਗਰੀ ਸਟਾਰਟ ਹੁੰਦੀ ਹੈ ਕਿ ਤੁਸੀਂ ਆਪਣੀ ਪ੍ਰੋਫਾਈਲ ਕਿਸ ਕੈਟਾਗਰੀ ਵਿੱਚ ਲਗਾਓਗੇ ਐਮਬੈਸੀ ਦੇ ਵਿੱਚ। ਮੋਸਟਲੀ ਕਲਾਇੰਟ ਨੂੰ ਇਹੀ ਪਤਾ ਹੈ ਕਿ ਹੋਟਲ ਬੁਕਿੰਗ ਕਰਵਾਓ ਜਾਂ ਰਿਸ਼ਤੇਦਾਰ ਕੋਲ ਸਪੋਂਸਰਸ਼ਿਪ ਮੰਗਾ ਲਓ, ਲੇਕਿਨ ਇਹਦੇ ਵਿੱਚ 8-10 ਜਿਹੜੀਆਂ ਇਹੋ ਜਿਹੀਆਂ ਕੈਟਾਗਰੀਜ਼ ਜਿਹੜੀਆਂ ਫਾਲ ਕਰਦੀਆਂ ਜੇ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਮੇਨਲੀ ਜਿਹੜੀਆਂ 3-4 ਕੈਟਾਗਰੀਜ਼ ਹੈਗੀਆਂ, ਜਿਵੇਂ ਸੁਪਰ ਵੀਜ਼ਾ ਹੋ ਗਿਆ, ਆਪਣਾ ਵਿਜ਼ਟਰ ਵੀਜ਼ਾ ਹੋ ਗਿਆ, ਆਪਣਾ ਟੂਰਿਸਟ ਵੀਜ਼ਾ ਹੋ ਗਿਆ, ਬਿਜ਼ਨਸ ਵਿਜ਼ਟਰ ਵੀਜ਼ਾ ਹੋ ਗਿਆ, ਬਿਜ਼ਨਸ ਵੀਜ਼ਾ ਹੋ ਗਿਆ। ਇਹ ਡਿਪੈਂਡ ਕਰੇਗੀ ਤੁਹਾਡੀ ਪ੍ਰੋਫਾਈਲ, ਤੁਸੀਂ ਕਿਸ ਕੈਟਾਗਰੀ 'ਚ ਫਾਈਲ ਲਗਾਓ ਤਾਂ ਕਿ ਜਿਹੜੀ ਤੁਹਾਡੀ ਫਾਈਲ ਉਹ ਵੀਜ਼ਾ ਵੱਲ ਲੈ ਕੇ ਚੱਲੇ। ਫਾਈਲਿੰਗ 'ਚ ਵੀ ਜ਼ਮੀਨ ਆਸਮਾਨ ਦਾ ਅੰਤਰ ਹੈ ਇਹਦੇ ਵਿੱਚ, ਕਿਉਂਕਿ ਮੇਨਲੀ ਹੁੰਦੀ ਇੰਟੈਂਸ਼ਨ, ਹਰ ਫਾਈਲ ਦੀ ਇੰਟੈਂਸ਼ਨ ਅਲੱਗ ਹੈ। ਵਿਜ਼ਟਰ ਦੀ ਇੰਟੈਂਸ਼ਨ ਹੈ ਤੁਹਾਡੇ ਰਿਸ਼ਤੇਦਾਰ ਨੂੰ ਮਿਲਣਾ, ਟੂਰਿਜ਼ਮ ਦੀ ਇੰਟੈਂਸ਼ਨ ਹੈ ਕਿ ਤੁਸੀਂ ਘੁੰਮਣਾ ਫਿਰਨਾ, ਉੱਥੇ ਦੀ ਅਟ੍ਰੈਕਸ਼ਨਸ ਦੇਖਣੀ ਹੈ, ਔਰ ਬਿਜ਼ਨਸ ਵਿਜ਼ਟਰ ਦੀ ਜਿਹੜੀ ਇੰਟੈਂਸ਼ਨ ਹੈ ਤੁਹਾਡੀ ਕਿ ਉੱਧਰ ਹੋ ਰਹੇ ਇਵੈਂਟ ਕਾਨਫਰੰਸ ਜਿਹਦੇ ਨਾਲ ਤੁਹਾਡੇ ਮਤਲਬ ਟਾਈ ਅਪਸ ਨੇ, ਸਾਡੇ ਇੰਡੀਆ ਟੂ ਅਬਰਾਡ ਨੇ ਉਹਨੇ ਤੁਹਾਨੂੰ ਇਨਵੀਟੇਸ਼ਨ ਲੈ ਕੇ ਦਿੱਤਾ, ਤੁਸੀਂ ਉਸ ਇਵੈਂਟ ਦਾ ਹਿੱਸਾ ਬਣਨਾ। ਤਿੰਨੋਂ ਕੈਟਾਗਰੀਜ਼ ਦੀ ਇੰਟੈਂਸ਼ਨ ਅਲੱਗ ਹੈ, ਤਿੰਨੋਂ ਕੈਟਾਗਰੀਜ਼ ਦਾ ਖਰਚਾ ਅਲੱਗ ਹੈ, ਤਿੰਨੋਂ ਕੈਟਾਗਰੀਜ਼ ਦੀ ਫਾਈਲ ਨੂੰ ਰੀਪ੍ਰਜੈਂਟ ਕਰਨਾ ਅਲੱਗ ਹੈ, ਕੋਈ ਆਮ ਗੱਲ ਨਹੀਂ, ਟੈਕਨੀਕ ਹੈ। ਤਿੰਨਾਂ ਕੈਟਾਗਰੀ ਤੁਸੀਂ ਫਾਈਲ ਲਗਾਓਗੇ ਉਸੇ ਤਰੀਕੇ ਨਾਲ ਤੁਹਾਨੂੰ ਆਪਣਾ ਰਿਜ਼ਲਟ ਮਿਲੇਗਾ। ਜੀ, ਸੋ ਡਿਪੈਂਡ ਕਰਦਾ ਕਿ ਤੁਹਾਡੀ ਫਾਈਲ ਕਿਸ ਕੈਟਾਗਰੀ ਦੇ ਵਿੱਚ ਲੱਗ ਰਹੀ ਹੈ। ਤੁਸੀਂ ਬਿਜ਼ਨਸ ਵਿਜ਼ਟਰ ਵੀਜ਼ਾ ਅਪਲਾਈ ਕਰ ਰਹੇ ਹੋ, ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰ ਰਹੇ ਹੋ, ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰ ਰਹੇ ਹੋ, ਕਿਹੜੀ ਕੈਟਾਗਰੀ ਦੇ ਵਿੱਚ ਤੁਸੀਂ ਵੀਜ਼ਾ ਅਪਲਾਈ ਕਰ ਰਹੇ ਹੋ? ਸਿਰਫ ਰਾਹਦਾਰੀ ਮੰਗਵਾ ਕੇ ਵੀਜ਼ਾ ਅਪਲਾਈ ਕਰ ਦੇਣਾ, ਉਹਦੇ ਨਾਲ ਵੀਜ਼ੇ ਨਹੀਂ ਆਉਂਦੇ। ਜਿਵੇਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਦੱਸਿਆ ਸੀ ਕਿ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਜਦੋਂ ਤੁਸੀਂ ਕੋਈ ਵੀਜ਼ਾ ਹਾਸਲ ਕਰਨਾ। ਤੁਹਾਡੇ ਹਰ ਇੱਕ ਸਰਕਮਸਟਾਂਸ ਨੂੰ, ਤੁਹਾਡੇ ਹਰ ਇੱਕ ਜਿਹੜਾ ਜੋ ਵੀ ਤੁਸੀਂ ਅਚੀਵ ਕੀਤਾ ਹੋਇਆ, ਜੋ ਵੀ ਤੁਹਾਡੇ ਕੋਲ ਪੈਸੇ ਪਏ ਨੇ, ਜੋ ਵੀ ਤੁਹਾਡੇ ਕੋਲ ਰਾਹਦਾਰੀ ਆਈ ਹੋਈ ਹੈ, ਜਾਂ ਜਦੋਂ ਤੁਹਾਡੇ ਕੋਲ ਇੰਡੀਆ ਦੇ ਵਿੱਚ ਟਾਈ ਅਪਸ ਨੇ, ਜਾਂ ਜਿਹੜੇ ਤੁਹਾਡੇ ਫੋਰਨ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਤੁਹਾਡੇ ਟਾਈ ਅਪਸ ਨੇ, ਸਗੇ ਸੰਬੰਧੀ ਰਹਿੰਦੇ ਆ ਵਿਦੇਸ਼ਾਂ ਵਿੱਚ ਕਿ ਨਹੀਂ ਰਹਿੰਦੇ, ਬਹੁਤ ਸਾਰੀ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਤੁਹਾਨੂੰ ਵੀਜ਼ੇ ਮਿਲਦੇ ਨੇ। ਬਿਜ਼ਨਸ ਵਿਜ਼ਟਰ ਵੀਜ਼ਾ ਦੇ ਵਿੱਚ ਵੀ ਇਹੋ ਜਿਹੇ ਨਿੱਕੇ ਨਿੱਕੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹੋਣਗੀਆਂ ਜਿਹੜੀਆਂ ਇੱਕ ਏਜੰਟ ਜਾਣਦਾ ਹੈ, ਔਰ ਇੱਕ ਟ੍ਰੇਡ ਸੀਕਰਟ ਹੋਣ ਕਰਕੇ ਅਸੀਂ ਇਸ ਮੰਚ 'ਤੇ ਨਹੀਂ ਦੱਸ ਪਾਵਾਂਗੇ, ਔਰ ਇਹਨਾਂ ਨੂੰ ਪੁੱਛਣ ਲੱਗਿਆ ਵੀ ਗਲਤ ਜਾਪਦਾ ਕਿਉਂਕਿ ਟ੍ਰੇਡ ਸੀਕਰਟ ਹੈ, ਪੁੱਛ ਨਹੀਂ ਪਾਵਾਂਗੇ। ਪਰ ਇਸ ਚੀਜ਼ ਜ਼ਰੂਰ ਆ ਕਿ ਬਿਜ਼ਨਸ ਵਿਜ਼ਟਰ ਵੀਜ਼ਾ, ਵਿਜ਼ਟਰ ਵੀਜ਼ਾ, ਟੂਰਿਸਟ ਵੀਜ਼ਾ ਦੇ ਵਿੱਚ ਫਾਈਲਿੰਗ ਦੇ ਵਿੱਚ, ਕਾਗਜ਼ਾਂ ਦੇ ਵਿੱਚ ਕੁਛ ਨਾ ਕੁਛ ਅੰਤਰ ਜ਼ਰੂਰ ਹੁੰਦਾ ਹੋਊਗਾ, ਜਿਹੜੀਆਂ ਵੱਖ ਵੱਖ ਕੈਟੇਗਰੀਜ਼ ਬਣਾਈਆਂ ਹੋਈਆਂ ਨੇ। ਵੀਜ਼ਾ 10 ਸਾਲ ਦਾ ਹੀ ਮਿਲਦਾ ਹੈ, ਵੀਜ਼ੇ ਦੇ ਵਿੱਚ ਤੁਹਾਨੂੰ 6 ਮਹੀਨੇ ਤੋਂ ਪਹਿਲਾਂ ਇੱਕ ਵਾਰੀ ਕੰਟਰੀ ਆਊਟ ਕਰਨਾ ਪੈਂਦਾ, ਯਾਨੀ ਤੁਸੀਂ ਕੈਨੇਡਾ ਗਏ ਹੋ, ਤੁਹਾਨੂੰ 6 ਮਹੀਨੇ ਤੋਂ ਪਹਿਲਾਂ ਇੰਡੀਆ ਵਾਪਸ ਆਉਣਾ ਪਊਗਾ। ਤੁਹਾਡੇ ਪ੍ਰੋਫਾਈਲ ਨਾਲ ਰਿਲੇਟਡ ਉਹ ਤੁਹਾਨੂੰ ਰਾਹਦਾਰੀ ਮੰਗਵਾ ਕੇ ਦਿੱਤੀ ਜਾਂਦੀ ਹੈ, ਉਸੇ ਦੇ ਆਧਾਰ 'ਤੇ ਤੁਹਾਡਾ ਬਿਜ਼ਨਸ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ। ਨਾਨ ਇਮੀਗ੍ਰੈਂਟ ਵੀਜ਼ਾ ਹੁੰਦਾ ਜਿਹਦੇ ਵਿੱਚ ਤੁਹਾਨੂੰ ਵੀਜ਼ਾ ਸਕਸੈਸ ਰੇਟ, ਜਿਵੇਂ ਮੈਡਮ ਦੱਸਿਆ ਕਿ 75-80% ਵੀਜ਼ਾ ਸਕਸੈਸ ਰੇਟ ਮਿਲ ਰਿਹਾ। ਸੋ ਮੈਡਮ, ਆਉਣ ਵਾਲੇ ਦਿਨਾਂ ਵਿੱਚ ਕਿਹੜੀ ਕਿਹੜੀ ਕੈਟੇਗਰੀਜ਼ ਵਾਲੇ ਲੋਕ ਨੇ ਜਿਹੜੇ ਅਪਲਾਈ ਕਰ ਸਕਦੇ ਨੇ? ਦੇਖੋ ਮਨੀ ਜੀ, ਹਮੇਸ਼ਾ ਮੈਂ ਇਸ ਮੰਚ 'ਤੇ ਗੱਲ ਕਰਦੀ ਹਾਂ ਕਿ ਸਾਡੇ ਕੋਲ ਅੱਜ ਹਰ ਕੈਟਾਗਰੀਜ਼ ਦਾ ਕਲਾਇੰਟ ਹੈ, ਕਿਉਂਕਿ ਹਰ ਬੰਦਾ ਬਾਹਰ ਜਾਣਾ ਚਾਹੁੰਦਾ। ਮੋਸਟਲੀ ਜਿਹੜੀ ਸਾਡੇ ਕੋਲ ਜ਼ਿਆਦਾ ਤਦਾਦ ਵਿੱਚ ਜਿਹੜੀਆਂ ਫਾਈਲਾਂ ਆਉਂਦੀਆਂ ਉਹ ਖੇਤੀ ਨਾਲ ਸੰਬੰਧਿਤ ਹੈ, ਔਰ ਇੰਡੀਆ ਟੂ ਅਬਰਾਡ ਪੰਜਾਬ ਦੀ ਫਸਟ ਇਹੋ ਜਿਹੀ ਕੰਪਨੀ ਹੈ ਜਿਹਨੇ ਖੇਤੀ ਨਾਲ ਸੰਬੰਧਿਤ ਸਭ ਤੋਂ ਜ਼ਿਆਦਾ ਵੀਜ਼ਾ ਹਾਸਲ ਕੀਤੇ ਹੈਗੇ ਆ। ਉਸ ਤੋਂ ਬਾਅਦ ਆਉਂਦਾ ਤੁਹਾਡਾ ਡੇਰੀ ਫਾਰਮਿੰਗ ਆ ਗਈ, ਤੁਸੀਂ ਬਿਜ਼ਨਸ ਹੋ, ਤੁਹਾਡਾ ਤੁਸੀਂ ਮਤਲਬ ਆੜਤੀਆ ਪ੍ਰੋਫਾਈਲ ਹੈ, ਜਾਂ ਤੁਹਾਡਾ ਛੋਟਾ ਮੋਟਾ ਬਿਜ਼ਨਸ ਹੈ, ਤੁਸੀਂ ਜੋਬ ਕਰ ਰਹੇ ਹੋ, ਗਵਰਮੈਂਟ ਇੰਪਲੋਈ ਹੋ, ਪ੍ਰਾਈਵੇਟ ਇੰਪਲੋਈ ਹੋ, ਸਾਡੇ ਕੋਲ ਹਰ ਫੀਲਡ ਨਾਲ ਰਿਲੇਟਿਡ ਇਨਵਾਈਟ ਹੈ। ਇਹ ਉਦੋਂ ਹੀ ਪਤਾ ਲੱਗਿਆ ਜਦੋਂ ਤੁਸੀਂ ਸਾਡੇ ਆਫਿਸ ਆਓਗੇ ਡਾਕੂਮੈਂਟੇਸ਼ਨ ਨਾਲ। ਫਸਟ ਆਫ ਆਲ ਤੁਹਾਡੀ ਫਾਈਲ ਅਸੈਸਮੈਂਟ ਹੋਏਗੀ। ਦੇਖੋ, ਇਹ ਚੀਜ਼ ਨਹੀਂ ਹੈ ਕਿ ਤੁਸੀਂ ਸਾਨੂੰ ਕਾਲ ਕੀਤੀ ਕਿ ਮੈਡਮ ਮੈਂ ਇਨਵੀਟੇਸ਼ਨ ਲੈਣਾ, ਉਸੇ ਤੁਹਾਨੂੰ ਦੇ ਦਿੱਤਾ। ਫਸਟ ਆਫ
ਕਿਸ ਦੇ ਵਿੱਚ ਫਾਲ ਕਰਦੀ ਹੈ, ਮਤਲਬ ਤੁਸੀਂ ਕਿਸ ਕੈਟਾਗਰੀ ਵਿੱਚ ਅਪਲਾਈ ਕਰੋਗੇ ਤਾਂ ਤੁਹਾਡਾ ਵੀਜ਼ਾ ਆਵੇ। ਮਿਲਣਾ ਦੇਖੋ ਤੁਹਾਨੂੰ ਮਲਟੀਪਲ ਵੀਜ਼ਾ ਹੀ ਆ, ਲੇਕਿਨ ਇਹ ਭੇਡ ਚਾਲ ਨਹੀਂ ਹੈ ਕਿ ਇੱਕੋ ਪਾਸੇ ਚੱਲੇ ਤਾਂ ਅਸੀਂ ਫਾਈਲ ਲਗਾ ਦਿੱਤੀ। ਪਹਿਲਾਂ ਤੁਹਾਡੀ ਅਸੈਸਮੈਂਟ ਹੋਏਗੀ ਕਿ ਤੁਹਾਡੀ ਕਿਸ ਕੈਟਾਗਰੀ ਵਿੱਚ ਫਾਈਲ ਆਸਾਨੀ ਨਾਲ ਲੱਗੇਗੀ ਅਤੇ ਵੀਜ਼ਾ ਹਾਸਲ ਹੋਵੇ। ਉਸ ਤੋਂ ਬਾਅਦ ਤੁਹਾਡਾ ਪ੍ਰੋਸੈਸ ਸਟਾਰਟ ਹੋਏਗਾ ਕਿਸ ਤਰੀਕੇ ਨਾਲ ਤੁਸੀਂ ਅੱਗੇ ਪ੍ਰੋਸੀਡ ਆਪਣੀ ਡਾਕੂਮੈਂਟੇਸ਼ਨ ਲਾਣੇ ਹੈਗੇ ਆ। ਅਗਰ ਆਉਣ ਵਾਲੇ ਮੈਂ ਦਿਨਾਂ ਵਿੱਚ ਇਵੈਂਟਸ ਦੀ ਗੱਲ ਕਰਾਂ, ਬਹੁਤ ਸਾਰੇ ਇਵੈਂਟਸ ਨੇ ਖੇਤੀ ਨਾਲ ਸੰਬੰਧਿਤ ਤੁਹਾਡੇ ਕੋਲ ਇਵੈਂਟਸ ਹੈਗੇ ਨੇ, ਔਰ ਮਾਰਚ ਵਿੱਚ ਜਿਵੇਂ ਖਤਮ ਹੀ ਹੋ ਗਿਆ ਉਹਦਾ ਰਜਿਸਟ੍ਰੇਸ਼ਨ ਕਲੋਜ਼ ਹੋ ਚੁੱਕੀ ਹੈ। ਜੂਨ ਵਿੱਚ ਇਵੈਂਟ ਹੋ ਰਿਹਾ ਹੈ ਕੈਨੇਡਾ ਪ੍ਰੋਗਰੈਸ ਫੋਰਮ ਸ਼ੋ, ਬਹੁਤ ਵੱਡਾ ਇਵੈਂਟ ਹੈ, ਪ੍ਰੋਪਰ ਇਨਵਾਈਟ ਤੁਹਾਨੂੰ ਆਏਗਾ ਉਹਨਾਂ ਦੇ ਲੈਟਰ ਹੈਡ ਦੇ ਉੱਤੇ। ਲੇਕਿਨ ਇਹਦੇ ਲਈ ਤੁਹਾਡੇ ਸਭ ਤੋਂ ਪਹਿਲੇ ਤੁਹਾਡੀ ਪ੍ਰੋਫਾਈਲ ਜਿਹੜੀ ਉਹ ਕੈਨੇਡਾ 'ਚ ਅਸੈਸਮੈਂਟ ਹੋਏਗੀ, ਔਰ ਇਹਦੀ ਇੱਕ ਰਿਕੁਆਇਰਮੈਂਟ ਹੈਗੀ ਹੈ। ਔਰ ਜੇ ਵੀ ਮੇਰਾ ਕੋਈ ਖੇਤੀਬਾੜੀ ਨਾਲ ਸੰਬੰਧਿਤ, ਖੇਤੀ ਨਾਲ ਸੰਬੰਧਿਤ ਜਾਂ ਡੇਅਰੀ ਨਾਲ ਸੰਬੰਧਿਤ ਜਾਂ ਸਟੂਡੈਂਟ ਹੈ ਖੇਤੀਬਾੜੀ ਨਾਲ ਸੰਬੰਧਿਤ, ਉਹ ਸਾਡੇ ਕੋਲ ਆਫਿਸ ਜ਼ਰੂਰ ਆ ਕੇ ਮਿਲਣ, ਕਿਉਂਕਿ ਜਿਹੜੀ ਇਹਦੀ ਰਿਕੁਆਇਰਮੈਂਟ ਆ ਉਹ ਇਹ ਹੈ ਕਿ ਐਟਲੀਸਟ ਤੁਸੀਂ ਇੰਡੀਆ ਵਿੱਚ ਕੋਈ ਨਾ ਕੋਈ ਇਵੈਂਟ ਜਾਂ ਬਾਹਰ ਕਿਸੇ ਹੋਰ ਕੰਟਰੀ ਵਿੱਚ ਕੋਈ ਨਾ ਕੋਈ ਇਵੈਂਟ ਅਟੈਂਡ ਕੀਤਾ ਹੋਣਾ ਚਾਹੀਦਾ, ਤੁਹਾਡੇ ਕੋਲ ਪ੍ਰੂਫ ਹੋਣੇ ਚਾਹੀਦੇ ਹੈ, ਤਾਂ ਹੀ ਤੁਸੀਂ ਜਿਹੜਾ ਕੈਨੇਡਾ ਪ੍ਰੋਗਰੈਸ ਫੋਰਮ ਸ਼ੋ ਹੈ ਜਿਹੜਾ ਕਿ ਜੂਨ ਵਿੱਚ ਹੋ ਰਿਹਾ, ਤਾਂ ਹੀ ਤੁਸੀਂ ਉਹਦਾ ਹਿੱਸਾ ਬਣ ਸਕੋਗੇ, ਅਦਰਵਾਈਜ਼ ਤੁਸੀਂ ਉਹਦਾ ਹਿੱਸਾ ਨਹੀਂ ਬਣ ਸਕੋਗੇ। ਸੋ ਇੰਡੀਆ 'ਚ ਹੋ ਰਹੇ ਇਵੈਂਟ ਤੁਸੀਂ ਕਿਵੇਂ ਅਟੈਂਡ ਕਰ ਸਕਦੇ ਹੋ, ਉਹਦੇ ਲਈ ਤੁਹਾਨੂੰ ਇੰਡੀਆ ਟੂ ਅਬਰੋਡ ਆਉਣਾ ਪਏਗਾ। ਟਾਈਮ ਬਹੁਤ ਹੈਗਾ, ਹਜੇ ਮਾਰਚ ਚੱਲ ਰਿਹਾ ਮੇਰੇ ਹਿਸਾਬ ਨਾਲ, ਮਈ ਜੂਨ ਹਲੇ ਆਪਣੇ ਕੋਲ ਪਿਆ ਹੈ, ਤੁਸੀਂ ਸਾਡੇ ਕੋਲ ਆ ਕੇ ਇੰਡੀਆ 'ਚ ਹੋ ਰਹੇ ਇਵੈਂਟ ਕੋਈ ਨਾ ਕੋਈ ਅਟੈਂਡ ਜ਼ਰੂਰ ਕਰੋ, ਤਾਂ ਕਿ ਤੁਸੀਂ ਜੂਨ 'ਚ ਹੋ ਰਹੇ ਉਸ ਇਵੈਂਟ ਦਾ ਹਿੱਸਾ ਬਣ ਸਕੋ ਜੀ। ਔਰ ਜਿਹੜੇ ਲੋਕ ਰਿਫਿਊਜ਼ਲ ਲੈ ਬੈਠੇ ਨੇ ਹੋਟਲ ਬੁਕਿੰਗਸ ਦੇ ਉੱਤੇ, ਕੀ ਉਹ ਦੁਬਾਰਾ ਮੁੜ ਕੇ ਅਪਲਾਈ ਕਰ ਸਕਦੇ? ਕਿਉਂਕਿ ਜੇ ਇੱਕ ਵਾਰ ਕੈਨੇਡਾ ਰਿਫਿਊਜ਼ ਹੋ ਜਾਂਦਾ ਹੈ, ਇਹ ਜਾਣਨਾ ਚਾਹਾਂਗਾ ਕਿ ਕਿੰਨੇ ਚਿਰ ਬਾਅਦ ਅਸੀਂ ਦੁਬਾਰਾ ਫਾਈਲ ਅਪਲਾਈ ਕਰ ਸਕਦੇ ਹਾਂ? ਦੇਖੋ ਜੀ, ਜਿਹੜੇ ਰਿਫਿਊਜ਼ਲ ਹੈ, ਰਿਫਿਊਜ਼ਲ ਦਾ ਮਤਲਬ ਇਹ ਨਹੀਂ ਹੈ ਕਿ ਸਾਡੇ ਲਈ ਕੈਨੇਡਾ ਦੇ ਦਰਵਾਜ਼ੇ ਬੰਦ ਹੋ ਗਏ ਹੈ, ਜਾਂ ਅਸੀਂ ਮੁੜ ਅਪਲਾਈ ਨਹੀਂ ਕਰ ਸਕਦੇ, ਜਾਂ ਅਸੀਂ ਕਦੀ ਕੈਨੇਡਾ ਨਹੀਂ ਜਾ ਸਕਦੇ। ਦੇਖੋ, ਛੋਟੀ ਛੋਟੀ ਗਲਤੀਆਂ ਕਰਕੇ ਹੀ ਵੀਜ਼ਾ ਰਿਫਿਊਜ਼ ਹੁੰਦਾ ਹੈ, ਕਿਉਂਕਿ ਅਸੀਂ ਹੁੰਦੇ ਕਾਹਲੀ ਵਿੱਚ ਕਿ ਫਟਾਫਟ ਵੀਜ਼ਾ ਅਪਲਾਈ ਕਰ ਦਈਏ, ਸ਼ਾਇਦ ਫਲਾਣੇ ਦਾ ਵੀਜ਼ਾ ਆ ਗਿਆ, ਮੇਰਾ ਵੀ ਆ ਜਾਣਾ। ਲੇਕਿਨ ਅਸੀਂ ਆਪਣੀ ਪ੍ਰੋਫਾਈਲ, ਆਪਣੇ ਕਾਗਜ਼ਾਂ ਨੂੰ ਚੰਗੀ ਤਰ੍ਹਾਂ ਨਹੀਂ ਭਾਲਦੇ, ਨਹੀਂ ਦੇਖਦੇ ਹੈਗੇ ਕਿ ਸਾਡੀ ਪ੍ਰੋਫਾਈਲ 'ਤੇ ਵੀਜ਼ਾ ਆ ਸਕਦਾ ਜਾਂ ਨਹੀਂ ਆ ਸਕਦਾ। ਅਗਰ ਆ ਸਕਦਾ ਤਾਂ ਕਿਸ ਤਰ੍ਹਾਂ ਆ ਸਕਦਾ, ਅਗਰ ਨਹੀਂ ਆ ਸਕਦਾ ਤਾਂ ਕਿਉਂ ਨਹੀਂ ਆ ਸਕਦਾ। ਜਦੋਂ ਅਸੀਂ ਦੋ ਚੀਜ਼ਾਂ ਦੇ ਆਂਸਰ ਆਪਣੇ ਆਪ ਤੋਂ ਲਵਾਂਗੇ, ਤਾਂ ਡੈਫੀਨੇਟਲੀ ਅਸੀਂ ਪ੍ਰੋਫਾਈਲ ਨੂੰ ਪ੍ਰੋਸੀਡ ਕਰਦੇ ਸਮੇਂ ਧਿਆਨ ਰੱਖਾਂਗੇ ਔਰ ਵੀਜ਼ਾ ਹਾਸਲ ਕਰ ਸਕਾਂਗੇ। ਸੋ ਰਿਫਿਊਜ਼ਲ ਕੇਸ ਲਈ ਇੰਡੀਆ ਟੂ ਅਬਰੋਡ ਮਾਹਿਰ ਹੈ, ਕਿਉਂਕਿ ਤੁਸੀਂ ਫੇਸਬੁੱਕ 'ਤੇ ਅਗਰ ਦੇਖੋ ਤਾਂ ਅਸੀਂ ਰਿਫਿਊਜ਼ ਕੇਸਾਂ 'ਤੇ ਵੀਜ਼ਾ ਲਏ ਨੇ, ਜਿਹੜੀ ਹੋਟਲ ਬੁਕਿੰਗ 'ਤੇ ਆਲਰੇਡੀ ਰਿਫਿਊਜ਼ ਹੋ ਚੁੱਕੇ ਸੀ ਦੋ ਦੋ ਤਿੰਨ ਤਿੰਨ ਵਾਰ, ਈਵਨ ਦੈਨ ਆਪਣੇ ਰਿਲੇਟਿਵ ਦੀ ਸਪੋਂਸਰਸ਼ਿਪ 'ਤੇ, ਬਲੱਡ ਸਪੋਂਸਰਸ਼ਿਪ 'ਤੇ ਵੀ ਕੇਸ ਜਿਹੜੇ ਰਿਫਿਊਜ਼ ਹੋ ਚੁੱਕੇ ਸੀ। ਲੇਕਿਨ I2 ਇਮੀਗ੍ਰੇਸ਼ਨ ਨੇ ਬਾਹਰ ਹੋ ਰਹੇ ਇਵੈਂਟ ਦੇ ਇਨਵੀਟੇਸ਼ਨ ਦੇ ਆਧਾਰ 'ਤੇ ਉਹਨਾਂ ਦੇ ਵੀਜ਼ਾ ਹਾਸਲ ਕੀਤੇ ਹੈ। ਤੁਸੀਂ ਇਹ ਚੀਜ਼ ਦੇਖੋ ਕਿ ਕਿੰਨੀ ਖਾਸੀਅਤ ਹੈ ਇਨਵੀਟੇਸ਼ਨ ਦੇ ਵਿੱਚ ਕਿ ਬਲੱਡ ਰਿਲੇਸ਼ਨ ਤੋਂ, ਸਪੋਂਸਰਸ਼ਿਪ ਤੋਂ ਰਿਫਿਊਜ਼ ਹੋਏ ਕਲਾਇੰਟਸ ਦੇ ਵੀਜ਼ਾਸ ਵੀ ਅਸੀਂ ਇਨਵੀਟੇਸ਼ਨ 'ਤੇ ਲਏ ਹੈਗੇ ਆ, ਕਿਉਂਕਿ ਆਫਿਸਰ ਜਿਹੜਾ ਇਹਨੂੰ ਅਲੱਗ ਤਰੀਕੇ ਨਾਲ ਵੇਖਦਾ ਹੈ, ਔਰ ਇਹਦੀਆਂ ਬੜੀਆਂ ਲਿਮਿਟਡ ਸੀਟਸ ਹੁੰਦੀਆਂ, ਲਿਮਿਟਡ ਵੀਜ਼ਾ ਅਪਲਾਈ ਹੁੰਦਾ। ਅਗਰ ਅੱਜ ਮੈਂ ਕਹਾਂਗੀ ਟੂਰਿਸਟ ਵੀਜ਼ਾ ਦੀਆਂ ਫਾਈਲਾਂ ਅਗਰ ਹਜ਼ਾਰਾਂ ਲੱਗ ਰਹੀਆਂ ਨੇ, ਬਿਜ਼ਨਸ ਵਿਜ਼ਟਰ ਵੀਜ਼ਾ ਦੀਆਂ ਫਾਈਲਾਂ ਸਿਰਫ 30 ਤੋਂ 35 ਪੂਰੇ ਪੰਜਾਬ 'ਚ ਲੱਗਦੀਆਂ ਹੋਣੀਆਂ ਆ, ਉਹੀ ਵਿਜ਼ਟਰ ਵੀਜ਼ਾ ਦੀਆਂ ਫਾਈਲਾਂ ਜਿਹੜੀਆਂ 500 ਤੋਂ 600 ਲੱਗਦੀਆਂ, ਤੁਸੀਂ ਆਪ ਸੋਚ ਸਕਦੇ ਹੈਗੇ ਹੋ ਕਿ ਕਿੰਨਾ ਇਹਦਾ ਰਿਜ਼ਲਟ ਸਾਨੂੰ ਪੋਜ਼ਿਟਿਵ ਮਿਲ ਸਕਦਾ ਹੈ ਜੀ। ਸੋ ਇਹ ਸਾਰੇ ਪ੍ਰੋਸੈਸ ਦੇ ਵਿੱਚ, ਚਾਹੇ ਬਿਜ਼ਨਸ ਵਿਜ਼ਟਰ ਵੀਜ਼ਾ ਹੈ, ਚਾਹੇ ਵਿਜ਼ਟਰ ਵੀਜ਼ਾ, ਚਾਹੇ ਟੂਰਿਸਟ ਵੀਜ਼ਾ ਜੀ, ਤੁਸੀਂ ਜਿਹੜਾ ਉਹ ਰਿਕਮੈਂਡ ਕਰ ਰਹੇ ਹੋ ਕਿ ਬਿਜ਼ਨਸ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਜਾਵੇ ਜੀ, ਸੋ ਪੈਸਾ ਕਿੰਨਾ ਕੁ ਇਨਵੋਲਵ ਇਹਦੇ ਵਿੱਚ, ਖਰਚਾ ਕਿੰਨਾ ਹੋ ਜਾਏਗਾ? ਦੇਖੋ ਮਨੀ ਜੀ, ਮੈਂ ਰਿਕਮੈਂਡ ਨਹੀਂ ਕਰ ਰਹੀ ਕਿ ਤੁਸੀਂ ਬਿਜ਼ਨਸ ਵਿਜ਼ਟਰ ਕੈਟਾਗਰੀ ਵਿੱਚ ਹੀ ਫਾਈਲ ਲਗਾਓ। ਜਿਵੇਂ ਮੈਂ ਪਹਿਲਾਂ ਕਿਹਾ ਕਿ ਸਭ ਤੋਂ ਪਹਿਲੇ ਤੁਹਾਡੀ ਅਸੀਂ ਫਾਈਲ ਨੂੰ ਅਸੈਸਮੈਂਟ ਕਰਾਂਗੇ, ਕਿਉਂਕਿ ਅਸੀਂ ਤਿੰਨੋਂ ਚਾਰੋਂ ਕੈਟਾਗਰੀ ਵਿੱਚ ਹੀ ਡੀਲ ਕਰਦੇ ਹਾਂ। ਅਸੀਂ, ਮੈਂ ਇਹ ਕਹਿ ਰਹੀ ਕਿ ਅਸੀਂ ਸਿਰਫ ਬਿਜ਼ਨਸ ਵਿਜ਼ਟਰ ਵੀਜ਼ਾ ਵਿੱਚ ਡੀਲ ਕਰਦੇ ਹਾਂ। ਵਿਜ਼ਟਰ ਦੀ ਤੁਹਾਨੂੰ ਸਾਡੇ ਕੋਲ ਸਰਵਿਸ ਮਿਲ ਜਾਏਗੀ, ਟੂਰਿਜ਼ਮ ਦੀ ਸਾਡੇ ਕੋਲ ਸਰਵਿਸ ਮਿਲੇਗੀ, ਔਰ ਬਿਜ਼ਨਸ ਵਿਜ਼ਟਰ ਦੀ। ਲੇਕਿਨ ਸਾਨੂੰ ਚਾਹੀਦਾ ਵੀਜ਼ਾ ਔਰ ਤੁਹਾਨੂੰ ਵੀਜ਼ਾ ਚਾਹੀਦਾ। ਉਹਦੇ ਲਈ ਅਸੀਂ ਦੇਖਾਂਗੇ ਕਿ ਤੁਹਾਡੀ ਪ੍ਰੋਫਾਈਲ ਕਿਹਦੇ ਵਿੱਚ ਟੁੱਕਦੀ ਹੈ, ਤਾਂ ਕਿ ਅਸੀਂ ਅਪਲਾਈ ਕਰੀਏ। ਹਰ ਤਿੰਨੋਂ ਕੈਟਾਗਰੀ ਜਿਹੜੀ ਅੰਬੈਸੀ ਦੀ ਪ੍ਰੋਸੈਸਿੰਗ ਟਾਈਮ ਉਹ ਸੇਮ ਹੈ, ਲੇਕਿਨ ਅਗਰ ਸਾਡੇ ਕੋਲ ਤੁਸੀਂ ਅਪਲਾਈ ਕਰਦੇ ਹੋ ਬਿਜ਼ਨਸ ਵਿਜ਼ਟਰ ਵੀਜ਼ਾ, ਡੈਫੀਨੇਟਲੀ ਟਾਈਮ ਜ਼ਿਆਦਾ ਲੈਂਦਾ, ਕਿਉਂਕਿ ਇਹਦੇ 10 ਤੋਂ 15 ਦਿਨ, 7 ਤੋਂ 10 ਡੇਜ਼ ਜਿਹੜੇ ਆ ਤੁਹਾਡੇ ਇਨਵਾਈਟਾਂ ਨੂੰ ਲੱਗਦੇ ਹੈ, ਤੁਹਾਡੀ ਪ੍ਰੋਫਾਈਲ ਅਸੈਸਮੈਂਟ ਹੋਣ ਨੂੰ ਲੱਗਦੇ ਆ। ਔਰ ਟੂਰਿਜ਼ਮ ਵੀਜ਼ਾ ਵਿੱਚ ਅਗਰ ਮੈਂ ਗੱਲ ਕਰਾਂ ਵੀ 10 ਤੋਂ 15 ਦਿਨ, ਅਗਰ ਆਪਾਂ ਪੂਰਾ ਟਾਈਮ ਨੂੰ ਜੋੜੀਏ ਤਾਂ ਐਟਲੀਸਟ 40 ਤੋਂ 45 ਦਿਨ ਤੁਹਾਡੀ ਪ੍ਰੋਫਾਈਲ ਲੈਂਦੀ ਹੈ ਵੀਜ਼ਾ ਲੈਣ ਤੱਕ ਜੀ। ਸੋ ਹੋਰ ਕੋਈ ਜਾਣਕਾਰੀ ਚਾਹੁੰਦੇ ਤਾਂ I2 ਇਮੀਗ੍ਰੇਸ਼ਨ ਦੇ ਤੁਸੀਂ ਦਫ਼ਤਰਾਂ ਵਿੱਚ ਵਿਜ਼ਿਟ ਕਰ ਸਕਦੇ ਹੋ, ਜਲੰਧਰ ਹੈੱਡ ਆਫਿਸ ਵਿਜ਼ਿਟ ਕਰ ਸਕਦੇ ਹੋ, ਬਠਿੰਡਾ ਆਫਿਸ ਵਿਜ਼ਿਟ ਕਰ ਸਕਦੇ ਹੋ, ਜਾਂ ਫਿਰ ਚੰਡੀਗੜ੍ਹ ਆਫਿਸ ਜਾਣਾ ਚਾਹੁੰਦੇ ਹੋ, ਤਾਂ ਟੀਵੀ ਸਕਰੀਨ 'ਤੇ ਜਿਹੜੇ ਨੰਬਰ ਚੱਲ ਰਹੇ ਉਸ ਨੰਬਰ 'ਤੇ ਕਾਲ ਕਰ ਸਕਦੇ ਹੋ। ਕਾਲ ਕਰਕੇ ਆਪਣੀ ਅਪੁਆਇੰਟਮੈਂਟ ਫਿਕਸ ਕਰ ਲਓ ਔਰ ਜਾ ਕੇ ਆਪਣੇ ਵੀਜ਼ਾ ਸੰਬੰਧੀ ਹਰੇਕ ਜਾਣਕਾਰੀ ਲਓ, ਚਾਹੇ ਉਹ ਵਿਜ਼ਟਰ ਵੀਜ਼ਾ, ਚਾਹੇ ਉਹ ਟੂਰਿਸਟ ਵੀਜ਼ਾ, ਚਾਹੇ ਉਹ ਬਿਜ਼ਨਸ ਵਿਜ਼ਟਰ ਵੀਜ਼ਾ। 9176706670 ਨੰਬਰ
ਪਿੰਡਾਂ ਨੂੰ ਬਿਲੋਂਗ ਕਰਦਾ ਹੈ, ਕਿਸਾਨੀ ਨੂੰ ਬਿਲੋਂਗ ਕਰਦਾ ਹੈ, ਖੇਤੀਬਾੜੀ ਨੂੰ ਬਿਲੋਂਗ ਕਰਦਾ ਹੈ, ਸੰਬੰਧਿਤ ਉਹਦੇ ਵੀ ਈਵੈਂਟ ਹੁੰਦੇ ਰਹਿਣਗੇ। ਬਿਲਕੁਲ, ਕੀ ਉਹ ਆਪਣੀ ਫੈਮਿਲੀ ਦੇ ਨਾਲ ਅਪਲਾਈ ਕਰੇ ਜਾਂ ਫਿਰ ਇਕੱਲਿਆਂ ਅਪਲਾਈ ਕਰੇ? ਹਾਂਜੀ, ਇਹ ਬਹੁਤ ਵੱਡਾ ਕੁਐਸਚਨ ਸਾਹਮਣੇ ਆਉਂਦਾ ਜਦੋਂ ਸਾਡਾ ਖੇਤੀ ਨਾਲ ਸੰਬੰਧਿਤ ਤੁਹਾਡੇ ਕੋਲ ਲੋਕ ਆਉਂਦੇ ਨੇ, ਜਿਵੇਂ ਜਿਨ੍ਹਾਂ ਦੀ ਕਾਫੀ ਏਜ ਵੀ ਹੁੰਦੀ ਹੈ ਜਾਂ ਮਿਡ ਏਜ ਵਿੱਚ ਹੁੰਦੇ ਨੇ ਜਾਂ ਜਿਨ੍ਹਾਂ ਨੇ ਸਿਰਫ ਪਲੱਸ ਟੂ ਪਾਸ ਆਊਟ ਕਰਕੇ ਆਪਣੀ ਜੋ ਆਪਣਾ ਫੈਮਿਲੀ ਕੀਤਾ ਹੁੰਦਾ ਖੇਤੀਬਾੜੀ ਉਹਨੂੰ ਮਤਲਬ ਅੱਗੇ ਕੰਮ ਕਰਨਾ ਸਟਾਰਟ ਕੀਤਾ ਹੁੰਦਾ ਹੈ, ਔਰ ਕਿਤਨਾ ਕਿਤਨਾ ਹੁਣ ਇੰਗਲਿਸ਼ ਦੀ ਵੀ ਪ੍ਰੋਬਲਮ ਆਉਂਦੀ ਹੈ ਕਿ ਮੈਂ ਇੰਗਲਿਸ਼ ਨਹੀਂ, ਮੈਨੂੰ ਬੋਲਣੀ ਆਉਂਦੀ, ਪਰ ਮੈਂ ਇਵੈਂਟ ਕਿਵੇਂ ਅਟੈਂਡ ਕਰਾਂਗਾ ਜਾਂ ਕਾਨਫਰੰਸ ਕਿਵੇਂ ਅਟੈਂਡ ਕਰਾਂਗਾ ਜਾਂ ਮੈਂ ਫੈਮਿਲੀ ਨਾਲ ਜਾਣਾ ਚਾਹੁੰਦਾ। ਤਾਂ ਉਹਨਾਂ ਲਈ ਗੁੱਡ ਨਿਊਜ਼ ਹੈ ਕਿ ਇੰਡੀਆ ਟੂ ਅਬਰੋਡ ਜਿਵੇਂ ਹਮੇਸ਼ਾ ਹੀ ਤੁਹਾਡੇ ਲਈ ਉੱਧਰ ਕੋਈ ਨਾ ਕੋਈ ਟਰਾਂਸਲੇਟਰ ਅਵੇਲੇਬਲ ਕਰਵਾਉਂਦਾ ਹੈ, ਔਰ ਅੰਬੈਸੀ 'ਚ ਕਵਰਿੰਗ ਲੈਟਰ 'ਚ ਉਹਦੀ ਪੂਰੀ ਡਿਟੇਲ ਜਾਂਦੀ, ਕਲੀਅਰ ਕਰਦੇ ਹਾਂ ਅਸੀਂ ਕਿ ਕਿਸ ਤਰੀਕੇ ਨਾਲ ਤੁਸੀਂ ਉੱਧਰ ਜਾ ਕੇ ਅਗਰ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਤੁਸੀਂ ਕਿਸ ਤਰੀਕੇ ਨਾਲ ਪਾਰਟੀਸਪੇਟ ਕਰ ਸਕਦੇ ਹੈਗੇ ਹੋ, ਔਰ ਸੈਕੰਡਲੀ ਤੁਸੀਂ ਪੂਰੀ ਫੈਮਿਲੀ ਨਾਲ ਅਪਲਾਈ ਕਰ ਸਕਦੇ ਹੋ, ਉਹਦਾ ਇੱਕ ਤਰੀਕਾ ਹੈ, ਉਹ ਇਹ ਟੈਕਨੀਕ ਹੈ। ਟੈਕਨੀਕ ਕਿਵੇਂ ਯੂਜ਼ ਕਰਨੀ ਹੈ ਮੈਂ ਸੋਰੀ ਮੈਂ ਪ੍ਰੋਪਰ ਟੀਵੀ 'ਤੇ ਨਹੀਂ ਦੱਸ ਸਕਦੀ, ਤੁਸੀਂ ਸਾਡੇ ਆਫਿਸ ਜ਼ਰੂਰ ਵਿਜ਼ਿਟ ਕਰੋ ਕਿਉਂਕਿ ਅਸੀਂ ਫੈਮਿਲੀ ਵੀਜ਼ਾਸ ਵੀ ਲਏ ਨੇ, ਕਪਲ ਵੀਜ਼ਾਸ ਵੀ ਲਏ ਨੇ, ਔਰ ਜਿਵੇਂ ਕਿਸੇ ਕਹਿ ਲਓ ਕਿ ਪਿਤਾ ਔਰ ਉਹਦੇ ਬੱਚੇ ਨੇ ਜਾਣਾ ਉਹਨਾਂ ਦੇ ਵੀਜ਼ਾਸ ਵੀ ਲਏ ਆ, ਬੱਚੇ ਦੀ ਉਮਰ ਜਿਵੇਂ 17-18 ਸਾਲ ਹੈ ਉਹਨਾਂ ਦੇ ਨਾਲ ਹੀ ਉਹਨਾਂ ਦਾ ਵੀਜ਼ਾ ਹਾਸਲ ਕੀਤਾ ਹੈਗਾ। ਸੋ ਇੱਕ ਟੈਕਨੀਕ ਨਾਲ ਵੀਜ਼ਾ ਅਪਲਾਈ ਕਰਦੇ ਹਾਂ, ਟੈਕਨੀਕ ਦੇ ਨਾਲ ਹੀ ਅੱਗੇ ਫੋਰਵਰਡ ਹੁੰਦੇ ਆ। ਔਰ ਮੈਂ ਇੱਕ ਗੱਲ ਇੱਥੇ ਹੋਰ ਕਹਿਣਾ ਚਾਹਾਂਗੀ ਕਿ ਸਾਡੇ ਕੋਲ ਕਾਫੀ ਰਿਫਿਊਜ਼ਲ ਕੇਸਿਸ ਆਏ ਪਿਛਲੇ ਦਿਨਾਂ ਦੇ ਵਿੱਚ, 3-4 ਕੇਸਿਸ ਡੇਲੀ ਆ ਰਹੇ ਨੇ ਜਿਵੇਂ। ਸੋ ਕੇਸਿਸ 'ਚ ਦੇਖਣ 'ਚ ਆਇਆ ਕਿ ਉਹਨਾਂ ਨੇ ਕੀਤਾ ਤਾਂ ਇਨਵੀਟੇਸ਼ਨ 'ਤੇ ਅਪਲਾਈ ਹੀ ਸੀਗਾ ਲੇਕਿਨ ਵੀਜ਼ਾ ਨਹੀਂ ਆਇਆ। ਪੁੱਛਣ 'ਤੇ ਜਦੋਂ ਅਸੀਂ ਪੁੱਛਿਆ ਗਿਆ ਸਾਡੇ ਮਾਇਨਾ ਵੱਲੋਂ, ਸਾਡੇ ਕੌਂਸਲਰਸ ਵੱਲੋਂ ਕਿ ਕਿਹੜਾ ਇਨਵੀਟੇਸ਼ਨ ਤੁਸੀਂ ਆਪਣੀ ਪ੍ਰੋਫਾਈਲ ਵਿੱਚ ਲਗਾਇਆ ਸੀ, ਸੋ ਉਹਨਾਂ ਕੋਲ ਕੋਈ ਵੀ ਪ੍ਰੂਫ ਨਹੀਂ ਸੀ, ਨਾ ਕੋਈ ਐਂਟਰੀ ਪਾਸ ਸੀ, ਨਾ ਕੋਈ ਮਤਲਬ ਉਹਨਾਂ ਕੋਲ ਲੈਟਰ ਸੀ। ਔਰ ਉਹਨਾਂ ਦਾ ਕਹਿਣਾ ਇਹ ਸੀ ਕਿ ਮੈਨੂੰ ਕੰਸਲਟੈਂਟ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਅਸੀਂ ਕਵਰਿੰਗ ਲੈਟਰ 'ਚ ਐਕਸਪਲੇਨ ਕਰ ਦਿੱਤਾ ਹੈ ਕਿ ਤੁਸੀਂ ਕਿਹੜੇ ਇਵੈਂਟ 'ਤੇ ਜਾਣਾ ਹੈਗਾ। ਤਾਂ ਇੱਥੇ ਮੇਰੇ ਹੱਥ ਜੋੜ ਕੇ ਗੁਜ਼ਾਰਿਸ਼ ਆਪਣੇ ਕਲਾਇੰਟਸ ਨੂੰ ਕਿ ਸਿਰਫ ਔਰ ਸਿਰਫ ਕਵਰਿੰਗ ਲੈਟਰ 'ਚ ਲਿਖਣ ਲਈ ਕਿ ਤੁਸੀਂ ਫਲਾਨਾ ਇਵੈਂਟ ਦੇਖਣ ਜਾ ਰਹੇ ਹੋ ਆਫਿਸਰ ਸੈਟਿਸਫਾਈਡ ਨਹੀਂ ਹੋਏਗਾ। ਅੱਜ ਅਗਰ ਤੁਹਾਡੇ ਕੋਲ ਉਸ ਚੀਜ਼ ਦਾ ਪ੍ਰੂਫ ਨਹੀਂ ਹੈ, ਤੁਹਾਡੇ ਕੋਲ ਉਸ ਚੀਜ਼ ਦਾ ਲੀਗਲ ਪ੍ਰੂਫ ਨਹੀਂ ਹੈ ਅੰਬੈਸੀ ਨੂੰ ਦੇਣ ਦੇ ਲਈ ਕਿ ਤੁਹਾਨੂੰ ਇੱਧਰੋਂ ਇਨਵਾਈਟ ਆਇਆ, ਤੁਸੀਂ ਸਪੈਸ਼ਲੀ ਉਹਨੂੰ ਅਟੈਂਡ ਕਰਨ ਜਾ ਰਹੇ ਹੋ, ਐਡਾ ਵੱਡਾ ਕਨੇਡਾ ਔਰ ਤੁਸੀਂ ਕਿ ਉਹਨਾਂ ਦੇ VIP ਕੋਈ ਖਾਸ ਤੋਂ ਹੈ ਨਹੀਂ ਕਿ ਤੁਹਾਨੂੰ ਸਪੈਸ਼ਲ ਕਵਰਿੰਗ ਲੈਟਰ 'ਚ ਲਿਖਣ ਦੇ ਨਾਲ ਆਫਿਸਰ ਸਮਝ ਜਾਏਗਾ ਕਿ ਨਹੀਂ ਬੰਦਾ ਬੜਾ ਬਹੁਤ ਵੱਡਾ, ਦਿਨ ਮੈਂ ਵੀਜ਼ਾ ਦਿੱਤਾ ਜਾਵੇ। ਸੋ ਇਹ ਧੋਖੇਧੜੀ ਤੋਂ ਬਚੋ, ਬਹੁਤ ਔਖਾ ਹੋ ਰਿਹਾ ਮਾਰਕੀਟ ਦੇ ਵਿੱਚ ਇਨਵੀਟੇਸ਼ਨ ਨੂੰ ਲੈ ਕੇ ਕਿ ਬਿਨਾਂ ਇਨਵੀਟੇਸ਼ਨ ਦਿੱਤਿਆਂ ਹੋਇਆ ਸਿਰਫ ਕਵਰਿੰਗ ਲੈਟਰ 'ਚ ਐਕਸਪਲੇਨ ਕਰਕੇ ਤੁਹਾਡੀ ਫਾਈਲ ਜਿਹੜੀ ਹੈ ਉਹ ਗਲਤ ਵਰਡ ਯੂਜ਼ ਕਰਕੇ ਲਗਾਈ ਜਾ ਰਹੀ ਹੈ। ਸੋ ਇਸ ਚੀਜ਼ ਤੋਂ ਤੁਹਾਨੂੰ ਬਚਣ ਦੀ ਜ਼ਰੂਰਤ ਹੈਗੀ ਹੈ ਜੀ। ਸੋ ਸਤਰਕ ਰਹੋ, ਔਰ ਖਾਸ ਤੌਰ 'ਤੇ ਜਿਹੜਾ ਵੀ ਕੰਸਲਟੈਂਟ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਉਹਦੇ ਕੋਲੋਂ ਹੀ ਸਲਾਹ ਲਓ ਜਦੋਂ ਤੁਸੀਂ ਸਟੱਡੀ ਵੀਜ਼ਾ ਸੰਬੰਧੀ ਕੋਈ ਵੀ ਸਲਾਹ ਲੈਣੀ ਹੈ। 10 ਸਾਲਾਂ ਮਲਟੀਪਲ ਵੀਜ਼ਾ, ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ, ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ ਲੈਣੀ ਚਾਹੁੰਦੇ ਹੋ ਤਾਂ ਆਈ ਟੂ ਇਮੀਗ੍ਰੇਸ਼ਨ ਨੂੰ ਸੰਪਰਕ ਕਰ ਸਕਦੇ ਹੋ, 9-17-670-670 ਨੰਬਰ 'ਤੇ ਕਾਲ ਕਰ ਸਕਦੇ। ਸੋ 10 ਸਾਲ ਦਾ ਵੀਜ਼ਾ ਮਿਲਦਾ ਜਦੋਂ ਆਪਾਂ ਵਿਜ਼ਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਅਪਲਾਈ ਕਰਦੇ ਹਾਂ ਜੀ, ਜਦੋਂ ਬਿਜ਼ਨਸ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਕਿਉਂਕਿ 10 ਸਾਲ ਦਾ ਮਿਲਦਾ। ਦੇਖੋ ਬਿਜ਼ਨਸ ਵਿਜ਼ਟਰ ਕੈਟਾਗਰੀ 'ਚ ਵੀ ਜਿਵੇਂ ਹੁਣ ਮੈਂ ਕੈਨੇਡਾ ਪ੍ਰੋਗਰੈਸ ਫਾਰਮ ਸ਼ੋਅ ਬਾਰੇ ਗੱਲ ਕੀਤੀ ਕਿ ਜੂਨ ਵਿੱਚ ਹੋ ਰਿਹਾ, ਬੇਸਿਕਲੀ ਇਹ ਬਿਜ਼ਨਸ ਡੀਲ ਹੈ, ਬਿਜ਼ਨਸ ਮੀਟਿੰਗ ਡੀਲ ਹੈਗੀ ਜਿਹੜੀ ਉਹਨਾਂ ਨੇ ਰਿਕੁਆਇਰਮੈਂਟ ਰੱਖੀ ਹੈ ਕਿ ਤੁਹਾਡੇ ਕੋਲ ਐਟਲੀਸਟ ਤੁਹਾਡੇ ਕੋਲ ਬਿਜ਼ਨਸ ਡੀਲਿੰਗ ਦਾ ਇੱਥੇ ਕੋਈ ਨਾ ਕੋਈ ਇਵੈਂਟ ਤੁਸੀਂ ਅਟੈਂਡ ਕੀਤਾ ਹੋਣਾ ਚਾਹੀਦਾ ਹੈਗਾ ਆ। ਵੀਜ਼ਾ ਨੋਨ ਇਮੀਗ੍ਰੈਂਟ ਕੈਟਾਗਰੀ ਹੈਗੀ ਹੈ, ਅਗਰ ਤੁਸੀਂ ਬਿਜ਼ਨਸ ਵਿਜ਼ਟਰ ਕੈਟਾਗਰੀ 'ਚ ਅਪਲਾਈ ਕਰਦੇ ਹੋ ਟਿਲ ਯੂਅਰ ਪਾਸਪੋਰਟ ਵੈਲਿਡਿਟੀ ਹੀ ਤੁਹਾਨੂੰ ਵੀਜ਼ਾ ਗ੍ਰਾਂਟ ਹੁੰਦਾ ਹੈ। ਅਗਰ ਤੁਸੀਂ ਬਿਜ਼ਨਸ ਵੀਜ਼ਾ ਵਿੱਚ ਡੀਲ ਕਰਦੇ ਹੋ ਫਿਰ ਜਿਹੜਾ ਤੁਹਾਡਾ ਵੀਜ਼ਾ ਉਹ 6 ਮੰਥ ਦਾ ਗ੍ਰਾਂਟ ਹੁੰਦਾ ਹੈ, ਡਿਪੈਂਡ ਕਰੇਗਾ ਤੁਸੀਂ ਕਿਸ ਕੈਟਾਗਰੀ 'ਚ ਅਪਲਾਈ ਕਰ ਰਹੇ ਹੋ। ਤਾਂ ਇੱਕ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਅਗਰ ਤੁਸੀਂ ਬਿਜ਼ਨਸ ਵਿਜ਼ਟਰ ਵੀਜ਼ਾ ਅਪਲਾਈ ਕਰ ਰਹੇ ਹੋ ਨੋਰਮਲੀ ਵਿਜ਼ਿਟ ਕਰਨ ਦੇ ਲਈ ਐਜ਼ ਅ ਬਿਜ਼ਨਸ ਡੀਲ, ਤਾਂ ਤੁਹਾਨੂੰ ਜਿੰਨਾ ਤੁਹਾਡਾ ਪਾਸਪੋਰਟ ਵੈਲਿਡ ਹੈ ਉਨਾ ਹੀ ਵੀਜ਼ਾ ਗ੍ਰਾਂਟ ਹੋਏਗਾ। ਜਿਹੜੇ ਵੀ ਲੋਕ ਤੁਹਾਡੇ ਕੋਲ ਵਿਜ਼ਿਟ ਕਰਨਾ ਚਾਹੁੰਦੇ ਨੇ, ਕਿਹੜੇ ਕਿਹੜੇ ਡਾਕੂਮੈਂਟਸ ਲੈ ਕੇ ਤੁਹਾਡੇ ਕੋਲ ਆਉਣ ਤਾਂ ਕਿ ਪਹਿਲੀ ਵਿਜ਼ਿਟ ਦੇ ਵਿੱਚ ਹੀ ਅਗਰ ਉਹਨਾਂ ਦਾ ਮਨ ਬਣਦਾ ਹੈ ਤਾਂ ਤੁਹਾਨੂੰ ਆ ਕੇ ਐਟਲੀਸਟ ਤੁਹਾਡੇ ਕੋਲ ਅਪਲਾਈ ਕਰ ਸਕਣ, ਸਮਾਂ ਖਰਾਬ ਨਾ ਕਰਨ। ਬਿਲਕੁਲ ਜੀ, ਬਹੁਤ ਜ਼ਰੂਰੀ ਗੱਲ ਹੈ ਕਿਉਂਕਿ ਦੇਖੋ ਟਾਈਮ ਨਾ ਕਲਾਇੰਟ ਕੋ ਹੁੰਦਾ ਨਾ ਸਾਡੇ ਕੰਸਲਟੈਂਟ ਕੋ ਹੁੰਦਾ ਇੰਨਾ ਕਿ ਡੀਪਲੀ ਇੱਕ ਚੀਜ਼ ਨੂੰ ਲੈ ਕੇ ਬੈਠੇ ਰਹੀਏ ਆਪਾਂ। ਸੋ ਵਧੇਰੀ ਜਾਣਕਾਰੀ ਤੁਸੀਂ ਇਹ ਹੋ ਸਕਦਾ ਕਿ ਸਾਰੇ ਪਹਿਲੇ ਟੈਲੀਕਾਲਿੰਗ ਡਿਪਾਰਟਮੈਂਟ 'ਚ ਆਪਣੀ ਅਪਾਇੰਟਮੈਂਟ ਜ਼ਰੂਰ ਫਿਕਸ ਕਰੋ। ਅਪਾਇੰਟਮੈਂਟ ਫਿਕਸ ਕਰਦੇ ਹੀ ਦੌਰਾਨ ਆਪਣੀ ਪੂਰੀ ਪ੍ਰੋਫਾਈਲ ਸਾਡੇ ਜਿਹੜੇ ਐਗਜ਼ੀਕਿਊਟਿਵ ਬੈਠੇ ਹੁੰਦੇ ਤੁਸੀਂ ਉਹਨਾਂ ਨੂੰ ਦੱਸੋ, ਉਹਨਾਂ ਕੋਲ ਪ੍ਰੋਪਰ ਫਾਰਮੈਟ ਹੈ, ਉਹ ਤੁਹਾਡੀ ਫਾਰਮੈਟ ਦੇ ਅਕੋਰਡਿੰਗ ਜੋ ਤੁਹਾਡੀ ਡਿਟੇਲ ਅੱਗੇ ਫਾਰਵਰਡ ਹੁੰਦੀ ਹੈ ਤਾਂ ਕਿ ਸਾਡੇ ਕੋਲ ਅਸੈਸਮੈਂਟ ਆ ਸਕੇ ਕਿ ਤੁਹਾਡੀ ਫਾਈਲ ਕਿੰਨੀ ਕੁ ਐਲੀਜੀਬਲ ਹੈ, ਅਗਰ ਨਹੀਂ ਹੈ ਤਾਂ ਉਹਨੂੰ ਕਿਸ ਤਰੀਕੇ ਨਾਲ ਐਲੀਜੀਬਲ ਬਣਾਇਆ ਜਾ ਸਕੇ। ਡਾਕੂਮੈਂਟੇਸ਼ਨ ਜਿਹੜੇ ਤੁਸੀਂ ਲੈ ਕੇ ਆਉਣੇ, ਆਪਣਾ ਪਾਸਪੋਰਟ ਲੈ ਕੇ ਆ ਸਕਦੇ ਹੋ ਆਪਣੀ, ਅਗਰ ਤੁਸੀਂ ਖੇਤੀ ਨਾਲ ਸੰਬੰਧਿਤ ਹੋ ਕਿਸੇ ਵੀ ਕਿਤੇ ਨਾਲ ਸੰਬੰਧਿਤ ਆਪਣੀ ਡਾਕੂਮੈਂਟੇਸ਼ਨ, ਔਰ ਸਭ ਤੋਂ ਜ਼ਰੂਰੀ ਫਾਈਨਾਂਸ ਦੇ ਡਾਕੂਮੈਂਟੇਸ਼ਨ ਆਪਣੀ ਬੈਂਕ ਸਟੇਟਮੈਂਟ ਜਾਂ ਬੈਂਕ ਦੀ ਕਾਪੀ ਜ਼ਰੂਰ ਲੈ ਕੇ ਆਓ। ਅਗਰ ਤੁਹਾਡੇ ਕੋਲ ਕੋਈ ਫਰਦਰ
ਜਿਹੜੀ ਪੈਸਿਆਂ ਦੀ ਗੱਲ ਕਰ ਰਹੇ ਹੋ ਜਿਹੜੇ ਆਪਾਂ ਇੱਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾ ਸਕਦੇ ਆ ਬਿਲਕੁਲ ਬੈਂਕਾਂ ਦੇ ਵਿੱਚ ਜਿਹੜੇ ਪੈਸੇ ਪਏ ਨੇ ਐਫਡੀ ਨੂੰ ਆਪਾਂ ਛੱਡ ਦੇ ਇੱਕ ਪਾਸੇ ਸੋ ਲਿਕੁਇਡ ਪੈਸਾ ਕੈਸ਼ ਕਿੰਨਾ ਚਾਹੀਦਾ ਜੇਕਰ ਕਹਿਣਾ ਦੇਣਾ ਦੇਖੋ ਮਨੀਜ ਜੀ ਲਿਕੁਇਡ ਦੀ ਗੱਲ ਕਰਨਾ ਬਹੁਤ ਵੱਡਾ ਕਾਰਨ ਮਰਦੀ ਹੈ ਰਿਫਿਊਜ਼ਲ ਦਾ ਦੇਖੋ ਅੱਜ ਮਾਰਕੀਟ 'ਚ ਹਰ ਕੰਸਲਟੈਂਟ ਬੈਠਾ ਹੈ ਪਰ ਮੈਨੂੰ ਨਹੀਂ ਪਤਾ ਕਿ ਇੰਨੇ ਵਧੀਆ ਤਰੀਕੇ ਨਾਲ ਫਾਈਲ ਸਿਰਫ ਫੋਰਮ ਭਰ ਪਾਉਂਦਾ ਜਾਂ ਨਹੀਂ ਭਰ ਪਾਉਂਦਾ ਅੱਜ ਅਗਰ ਸਾਡੇ ਕੋਲ ਰਿਫਿਊਜ਼ ਆਉਂਦੀ ਹੈ ਮੈਂ ਫੋਰਮ ਨੂੰ ਸਟੱਡੀ ਕਰਦੀ ਹਾਂ ਉਹਦੇ ਵਿੱਚ ਇੱਕ ਕਾਲਮ ਹੈ ਕਿ ਡਿਊਰਿੰਗ ਦਾ ਸਟੇ ਤੁਹਾਡੇ ਕੋਲ ਕਿੰਨਾ ਫੰਡ ਅਵੇਲੇਬਲ ਹੈ ਕਲਾਇੰਟ ਕੋਲ 20 ਲੱਖ ਹੁੰਦਾ ਕਲਾਇੰਟ ਕੋਲ 15 ਲੱਖ ਹੁੰਦਾ ਹੈ ਲੇਕਿਨ ਉੱਥੇ $2,500 ਜਾਂ $3,000 ਲਿਖਿਆ ਹੁੰਦਾ ਜੋ ਉਹਦੀ ਪ੍ਰੋਫਾਈਲ ਨਾਲ ਬਿਲਕੁਲ ਵੀ ਮੈਚ ਨਹੀਂ ਕਰਦਾ ਸੋ ਡੈਟਸ ਵਾਈ ਕਿ ਜਿਹੜਾ ਲਿਕੁਇਡ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਕਿ ਅਗਰ ਤੁਸੀਂ ਕੈਨੇਡਾ ਜਾ ਰਹੇ ਹੋ ਡਿਊਰਿੰਗ ਦਾ ਸਟੇ ਤੁਹਾਡੇ ਕੋਲ ਕਿੰਨਾ ਕੁ ਫੰਡ ਅਵੇਲੇਬਲ ਹੈ ਤੁਸੀਂ ਕਿੰਨਾ ਖਰਚਣਾ ਹੈ ਔਰ ਤੁਹਾਡੇ ਵਾਪਸ ਆ ਕੇ ਤੁਹਾਡੇ ਕੋਲ ਕਿੰਨਾ ਬਚਣਾ ਹੈ ਸਾਰੀ ਡਿਸਕ੍ਰਿਪਸ਼ਨ ਜੋ ਹੈ ਉਹ ਕਵਰਿੰਗ ਲੈਟਰ 'ਚ ਜਾਂਦੀ ਹੈ ਸੋ ਲਿਕੁਇਡ ਫੰਡ ਜਿਹੜਾ ਮੇਨਲੀ ਸਾਨੂੰ ਚਾਹੀਦਾ ਹੈ ਅਕੋਰਡਿੰਗ ਟੂ ਪ੍ਰੋਫਾਈਲ ਉਹ ਤੁਹਾਡੀ ਪ੍ਰੋਫਾਈਲ ਪਹਿਲੇ ਡਿਪੈਂਡ ਕਰੇਗੀ ਬਿਜ਼ਨਸ ਹੈ ਵਿਜ਼ਟਰ ਹੈ ਜਾਂ ਤੁਹਾਡੀ ਟੂਰਿਜ਼ਮ ਹੈ ਉਸ ਦੇ ਅਕੋਰਡਿੰਗ ਅਸੀਂ ਫੰਡਸ ਉਹਦੇ ਵਿੱਚ ਪਾਉਂਦੇ ਹੈਗੇ ਹਾਂ ਸੋ ਕਲੀਅਰਲੀ ਅਗਰ ਮੈਂ ਗੱਲ ਕਰਾਂ 4.5 ਲੱਖ ਇੱਕ ਫੰਡ ਅਵੇਲੇਬਲ ਤੁਹਾਡੇ ਕੋਲ ਇੱਕ ਕਲਾਇੰਟ ਲਈ ਹੋਣਾ ਚਾਹੀਦਾ ਹੈ ਜੀ ਸੋ 4.5 ਲੱਖ ਰੁਪਏ ਜੇਕਰ ਤੁਹਾਡੇ ਖਾਤੇ 'ਚ ਪਿਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਲਿਕੁਇਡ ਇਸ ਤੋਂ ਇਲਾਵਾ ਐਫਡੀਸ ਜਾਂ ਹੋਰ ਮਿਊਚੁਅਲ ਫੰਡਸ ਜਾਂ ਤੁਹਾਡੇ ਕੋਲ ਹੋਰ ਕਿਸੇ ਵੀ ਰੂਪ ਦੇ ਵਿੱਚ ਪੈਸਾ ਪਿਆ ਹੈ ਤਾਂ ਤੁਸੀਂ ਉਸ ਨੂੰ ਦਿਖਾ ਸਕਦੇ ਹੋ ਉਹ ਤੁਹਾਡੀ ਕਵਰਿੰਗ ਲੈਟਰ ਵਿੱਚ ਦਰਸਾਇਆ ਜਾਵੇਗਾ ਤੁਹਾਡੀ ਸੀਏ ਰਿਪੋਰਟ ਦੇ ਵਿੱਚ ਦਰਸਾਇਆ ਜਾਵੇਗਾ ਔਰ ਇੱਕ ਜ਼ਿਆਦਾ ਇਹਦੇ ਬਾਰੇ ਜਾਣਕਾਰੀ ਜਿਹੜਾ ਹੈ ਉਹ ਤੁਹਾਡੇ ਕੰਸਲਟੈਂਟ ਹੀ ਦੱਸ ਸਕਦਾ ਆਈ ਟੂ ਏ ਨੂੰ ਮਿਲਣਾ ਚਾਹੁੰਦੇ ਹੋ ਤਾਂ ਜਲੰਧਰ ਬਠਿੰਡਾ ਚੰਡੀਗੜ੍ਹ ਮਿਲ ਸਕਦੇ ਹੋ ਕੁਛ ਇੱਕ ਉਹ ਲੋਕਾਂ ਨੇ ਐਪਲੀਕੈਂਟਸ ਨੂੰ ਮਿਲਵਾਉਣੇ ਆ ਜਿਨ੍ਹਾਂ ਨੇ ਆਈ ਟੂ ਇਮੀਗ੍ਰੇਸ਼ਨ ਰਾਹੀਂ ਅਪਲਾਈ ਕੀਤਾ ਔਰ ਵੀਜ਼ਾ ਹਾਸਲ ਕੀਤੇ ਫਿਲਹਾਲ ਮੈਡਮ ਜੋਤੀ ਕਪੂਰ ਜੀ ਪਾਸੋਂ ਇਜਾਜ਼ਤ ਚਾਹਾਂਗੇ ਮੈਡਮ ਬਹੁਤ ਬਹੁਤ ਸ਼ੁਕਰ ਕਰਵਾ ਦਿੱਤਾ ਥੈਂਕ ਯੂ ਜੀ ਮੈਂ ਪਹਿਲਾਂ ਆਲਰੇਡੀ ਨਾ 2 ਵਾਰੀ ਰਿਫਿਊਜ਼ਲ ਸੀ ਨਾ ਇਸ ਕਰਕੇ ਮੈਂ ਜਦੋਂ ਤੁਹਾਡੀ ਯੂਟਿਊਬ ਤੇ ਵੀਡੀਓ ਐਡ ਦੇਖੀ ਸੀਗੀ ਉਹਦੇ ਕਰਕੇ ਫਿਰ ਮੈਂ ਤੁਹਾਡੇ ਆਫਿਸ ਆਈ ਤੇ ਮੇਰੀ ਗੱਲਬਾਤ ਦਾਰੂਨ ਠਾਕੁਰ ਸਰ ਨਾਲ ਹੋਈ ਤੇ ਇਹਨਾਂ ਨੇ ਫਿਰ ਮੈਨੂੰ ਪੂਰੀ ਜਿੱਦਾਂ ਗਾਈਡ ਕੀਤਾ ਮੈਨੂੰ ਫਾਈਲ ਬਾਰੇ ਅਤੇ ਫਿਰ ਮੈਂ ਇਹਨਾਂ ਤੋਂ ਫਾਈਲ ਆਪਣੀ ਤਿਆਰ ਕਰਵਾਈ ਅਤੇ ਮੇਰਾ ਵੀਜ਼ਾ 9 ਦਿਨ ਦੇ ਵਿੱਚ ਆ ਗਿਆ ਸਾਡਾ ਪਹਿਲਾਂ ਵੀਜ਼ਾ ਕੇਸ ਰਿਜੈਕਟ ਹੋ ਗਿਆ ਸੀ ਅਸੀਂ ਰਿਸਪੋਂਸਰ ਸਿਸਟਰ ਤੋਂ ਮੰਗਵਾਈ ਸੀਗੀ ਅਤੇ ਹੋਰ ਕੰਸਲਟਰ ਤੋਂ ਅਸੀਂ ਕੰਸਲਟ ਵੀ ਲਗਾਇਆ ਸੀ ਕੇਸ ਸਾਡਾ ਰਿਜੈਕਟ ਹੋ ਗਿਆ ਸੀ ਇਸ ਤੋਂ ਬਾਅਦ ਅਸੀਂ ਇੰਡੀਆ ਟੂ ਅਬਰੋਡ ਵਿਜ਼ਿਟ ਕੀਤਾ ਤਾਂ ਉੱਥੋਂ ਉੱਥੇ ਸਾਨੂੰ ਰੀਤ ਮੈਮ ਮਿਲੇ ਉਹਨਾਂ ਨੇ ਸਾਨੂੰ ਪੂਰੀ ਬਹੁਤ ਵਧੀਆ ਗਾਈਡ ਕੀਤਾ ਅਸੀਂ 1 ਟਾਈਮ ਰਿਜੈਕਟ ਹੋਣ ਤੋਂ ਬਾਅਦ ਅਸੀਂ ਨਾਰਾਜ਼ ਹੋ ਗਏ ਸੀ ਅਸੀਂ ਆਖਿਆ ਹੁਣ ਨਹੀਂ ਅਸੀਂ ਲਾਉਣਾ ਰੀਤ ਮੈਡਮ ਨੇ ਸਾਨੂੰ ਇਹੋ ਜਿਹੇ ਤਰੀਕੇ ਨਾਲ ਗਾਈਡ ਕੀਤਾ ਉਹ ਕਹਿੰਦੇ ਵੀ ਤੁਹਾਡਾ ਵੀ 100% ਵੀਜ਼ਾ ਲੱਗੂਗਾ ਉਹਦੇ ਨਾਲ ਫਿਰ ਅਸੀਂ ਉਹਨਾਂ ਨੇ ਫਾਈਲ ਤਿਆਰ ਵਗੈਰਾ ਕੀਤੀ ਅਤੇ ਸਪੋਂਸਰ ਮੰਗਵਾਈ ਅਤੇ ਸਾਡਾ 10 ਦਿਨ ਦੇ ਵਿੱਚ ਵੀਜ਼ਾ ਆ ਗਿਆ ਮੈਂ ਪਹਿਲਾਂ ਵੀ ਕੈਨੇਡਾ ਦਾ ਵੀਜ਼ਾ ਲਗਵਾਇਆ ਬਟ ਆਈ ਗੋਟ ਰਿਫਿਊਜ਼ਲ ਅਤੇ ਇੰਡੀਆ ਟੂ ਅਬਰੋਡ ਦੇ ਆਫਿਸ ਜਲੰਧਰ 'ਚ ਜਾ ਕੇ ਜਦੋਂ ਮੈਂ ਵਿਜ਼ਿਟ ਕੀਤਾ ਮੈਨੂੰ ਇਹਨਾਂ ਦਾ ਐਕਸਪੀਰੀਅੰਸ ਬੜਾ ਅੱਛਾ ਲੱਗਾ ਦੇ ਹੈਵ ਵੈਰੀ ਪ੍ਰੋਫੈਸ਼ਨਲ ਸਟਾਫ ਬੜੀ ਨੌਲੇਜ ਹੈ ਇਹਨਾਂ ਨੇ ਇਨਵੀਟੇਸ਼ਨ ਲੈਟਰ ਅਰੇਂਜ ਕੀਤੀ ਕਿਉਂਕਿ ਮੈਂ ਫਾਰਮੇਸੀ ਪ੍ਰੋਫੈਸ਼ਨ 'ਚ ਬਿਲੋਂਗ ਕਰਦਾ ਇਹਨਾਂ ਨੇ ਉਸ ਦੇ ਲਿੰਕ ਦੇ ਹਿਸਾਬ ਨਾਲ ਇਨਵੀਟੇਸ਼ਨ ਲੈਟਰ ਮੈਨੂੰ ਅਰੇਂਜ ਕਰਕੇ ਦਿੱਤੀ ਉਹਦਾ ਰਿਜ਼ਲਟ ਇਹ ਨਿਕਲਿਆ ਅੱਜ ਦੋਸਤੋ ਮੈਂ ਤੁਹਾਨੂੰ ਸਾਰਿਆਂ ਨਾਲ ਦੱਸਣਾ ਚਾਹੁੰਦਾ ਮੈਨੂੰ ਅੱਜ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਜਿਹੜਾ ਕਿ 2 ਵਾਰੀ ਪਹਿਲਾਂ ਰਿਫਿਊਜ਼ਲ ਲੱਗਿਆ ਸੀ ਅੱਜ ਇੰਡੀਆ ਟੂ ਅਬਰੋਡ ਕਰਕੇ ਮੇਰਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਹੈ ਮੈਂ ਤਾਂ ਇਹੀ ਕਹਿੰਦਾ ਵੀ ਜਿਹੜੇ ਜਾਅਲੀ ਏਜੰਟਾਂ ਤੋਂ ਬਚੋ ਅਤੇ ਇੰਡੀਆ ਟੂ ਅਬਰੋਡ ਵਾਲਿਆਂ ਕੋਲ ਜਾਓ ਅਤੇ ਸਹੀ ਜਾਣਕਾਰੀ ਪਾ ਕੇ ਤਾਂ ਸਹੀ ਢੰਗ ਨਾਲ ਵੀਜ਼ਾ ਲਵਾ ਕੇ ਸਹੀ ਡਾਕੂਮੈਂਟ ਦੇ ਕੇ ਉਹਨਾਂ ਨੂੰ ਵੀਜ਼ਾ ਲਵਾਓ ਅਤੇ ਮੈਨੂੰ ਤਾਂ ਉਹਨਾਂ 'ਤੇ ਬਹੁਤ ਯਕੀਨ ਆ ਰੱਬ ਜਿੰਨਾ ਯਕੀਨ ਆ ਮੇਰਾ ਕਿਉਂ ਮੇਰਾ ਤਾਂ ਵੀਜ਼ਾ ਆ ਗਿਆ ਇਸ ਕਰਕੇ ਮੈਂ ਤਾਂ ਹੋਰ ਲੋਕਾਂ ਨੂੰ ਵੀ ਦੱਸੂੰਗਾ ਵੀ ਭਾਈ ਇੰਡੀਆ ਟੂ ਅਬਰੋਡ ਵਾਲਿਆਂ ਦੇ ਕੋਲ ਜਾਓ ਵੀ ਆਪਾਂ ਨੂੰ ਗਰੰਟੀ ਆ ਉਹਨਾਂ ਦੀ ਵੀ ਵੀਜ਼ਾ ਲਗਵਾਉਣਗੇ ਜੇ ਉਹਨੇ ਹਾਂ ਕਰਤੀ ਤਾਂ ਵੀਜ਼ਾ ਲੱਗੂਗਾ ਜੇ ਨਹੀਂ ਤਾਂ ਨਹੀਂ